ਗੁਰ ਪ੍ਰਸਾਦ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੇਰੀ ਸ਼ਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਦਇਆ ਕਰੋ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਧੰਨ ਵਾਹਿਗੁਰੂ ਸਾਹਿਬ ਜੀ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਮੇ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਮ ਸਨਮਾਨਯੋਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਲਾਹੀ ਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸੁਣੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਵਨ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਪਏ ਹਾਂ।
19ਵੀਂ ਪੌੜੀ ਦਾ ਪਾਠ ਆਪ ਜੀ ਨੇ ਸੁਣਿਆ ਹੈ ਔਰ ਜਿਸ ਤਰ੍ਹਾਂ ਕਿ ਇਹ ਚਾਰ ਪੌੜੀਆਂ ਇੱਕੋ ਹੀ ਸਬਜੈਕਟ ਦੇ ਨਾਲ ਸੰਬੰਧ ਰੱਖਦੀਆਂ ਨੇ ਅਤੇ ਵਾਰ ਵਾਰ ਸਤਿਗੁਰੂ ਇਸ ਗੱਲ ਨੂੰ ਦ੍ਰਿੜ ਕਰਵਾ ਰਹੇ ਨੇ ਵਾਰਿਆ ਨਾ ਜਾਵਾਂ ਇੱਕ ਵਾਰ ਉਸ ਚੀਜ਼ ਨੂੰ ਅਸੀਂ ਮਹਿਸੂਸ ਕਰ ਸਕੀਏ ਉਸ ਚੀਜ਼ ਨੂੰ ਅਸੀਂ ਸਮਝ ਸਕੀਏ ਫਿਰ ਜਪਜੀ ਸਾਹਿਬ ਦੇ ਕੁਝ ਕੁ ਨੇੜੇ ਅਸੀਂ ਹੋ ਸਕਦੇ ਹਾਂ ਕੁਝ ਕੁ ਨੇੜੇ ਅਤੇ ਇਸ ਪੌੜੀ ਦੀ ਵਿਚਾਰ ਤੋਂ ਪਹਿਲਾਂ ਮੈਂ ਇਸ ਗੱਲ ਦੀ ਬੇਨਤੀ ਜ਼ਰੂਰ ਕਰਾਂਗਾ ਮੈਨੂੰ ਨਹੀਂ ਪਤਾ ਕਿ ਕਿਸ ਪਾਸੇ ਦੀ ਵਿਚਾਰ ਹੋਵੇ ਪਰ ਬਹੁਤ ਕਮਾਲ ਦੀ ਔਰ ਬਹੁਤ ਔਖੀ ਪੌੜੀ ਹੈ ਇਹ ਜਪਜੀ ਸਾਹਿਬ ਦੀ ਸਮਝ ਦੀ ਖਾਤਰ ਜੇ ਸਿਰਫ ਦਿਮਾਗ ਦੇ ਵਿੱਚ ਲੈ ਕੇ ਜਾਣੀ ਹੋਵੇ ਤਾਂ ਫਿਰ ਬਹੁਤ ਔਖੀ ਹੈ ਪਰ ਜੇ ਦਿਲ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਇਹ ਨਹੀਂ ਕਿ ਬਾਕੀ ਕਿਤੇ ਘੱਟ ਵੱਧ ਹਿਸਾਬ ਹੈ ਪਰ ਜਿਹੜੀ ਜਿਹੜੀ ਚੀਜ਼ ਤੁਹਾਨੂੰ ਜ਼ਿਆਦਾ ਨੇੜੇ ਤੋਂ ਮਿਲ ਜਾਂਦੀ ਹੈ ਤੁਹਾਨੂੰ ਉਹੀ ਚੰਗੀ ਅਤੇ ਬੁਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਰੱਬ ਦੇ ਪ੍ਰਤੀ ਨਜ਼ਰੀਆ ਕਿਹੜੀਆਂ ਚੀਜ਼ਾਂ ਦੇ ਨਾਲ ਉਹਨੂੰ ਸੰਬੋਧਿਤ ਕੀਤਾ ਜਾ ਸਕਦਾ ਹੈ ਸਾਡੇ ਹੱਥ ਦੇ ਵਿੱਚ ਕੀ ਹੈ ਵੀ ਅਸੀਂ ਉਹਦੇ ਨਾਲ ਕੋਈ ਸੰਬੰਧ ਜੋੜ ਸਕਦੇ ਹਾਂ ਸਾਡੇ ਕੋਲ ਕੀ ਹੈ ਉਹਦੇ ਤੱਕ ਪਹੁੰਚਣ ਵਾਲਾ ਅਤੇ ਫਿਰ ਜਿਹੜੀ ਸਾਡੀ ਚੀਜ਼ ਪਹੁੰਚਣ ਵਾਲੀ ਹੈ ਉਹ ਪਹੁੰਚ ਕੇ ਵੀ ਉਹਦੇ ਤੱਕ ਨਹੀਂ ਪਹੁੰਚ ਪਾਉਂਦੀ ਬਸ ਇੰਨੀ ਕੁ ਗੱਲ ਹੈ ਇਹ ਥੋੜ੍ਹਾ ਜਿਹਾ ਫਿਲੋਸਫੀਕਲੀ ਸਬਜੈਕਟ ਹੈ ਅਤੇ ਇਸ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਿਓ ਮੈਂ ਫਿਰ ਬੇਨਤੀ ਕਰਾਂਗਾ ਜਿੰਨਾ ਤੁਸੀਂ ਟਿਕਾ ਬਖਸ਼ੋਗੇ ਮੈਂ ਉਨੇ ਪਿਆਰ ਦੇ ਨਾਲ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗਾ ਸਤਿਗੁਰੂ ਮੇਰੇ ਕੋਲੋਂ ਘਵਾ ਲਵੇ ਅਤੇ ਤੁਹਾਡੇ ਕੋਲੋਂ ਸੁਣ ਲਵੇ ਬਸ ਇਸ ਚੀਜ਼ ਨੂੰ ਸਮਝ ਲੱਗਣ ਦੀ ਵਿਚਾਰ ਹੈ ਅਸੰਖ ਨਾਮ ਇਹ ਪਿਛਲਾ ਵਿਸ਼ਾ ਚੱਲਦਾ ਆ ਰਿਹਾ ਹੈ ਜਿਹਨੂੰ ਅਸੀਂ ਪੜ੍ਹਿਆ ਹੈ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਮਾਲਕ ਨੇ ਹੁਕਮ ਕੀਤਾ ਸ੍ਰਿਸ਼ਟੀ ਦੇ ਵਿੱਚ ਲੱਖਾਂ ਜ਼ਿੰਦਗੀਆਂ ਦੇ ਦਰਿਆ ਤੁਰ ਪਏ ਇਹਨਾਂ ਦਰਿਆਵਾਂ ਦੇ ਵਿੱਚ ਕਈ ਏਡੇ ਪਵਿੱਤਰ ਦਰਿਆ ਭਗਤ ਬਣ ਗਏ ਜਪੀ ਬਣ ਗਏ ਸੂਰਮੇ ਬਣ ਗਏ ਅਤੇ ਕਈ ਏਡੇ ਵੀ ਬੁਰੇ ਬਣ ਗਏ ਜਿਹੜੇ ਬਿਲਕੁਲ ਨਾਲਿਆਂ ਵਰਗੇ ਹੋ ਗਏ ਚੋਰੀ ਕਰਨ ਵਾਲੇ ਕਿਸੇ ਦਾ ਹੱਕ ਮਾਰ ਕੇ ਖਾਣ ਵਾਲੇ ਮੂਰਖਤਾ ਕਰਨ ਵਾਲੇ ਸਾਰੀ ਜ਼ਿੰਦਗੀ ਹਨੇਰੇ ਦੇ ਵਿੱਚ ਰਹਿਣ ਵਾਲੇ ਇੱਕ ਉਹ ਜਿਨ੍ਹਾਂ ਨੂੰ ਸਤਿਗੁਰੂ ਨੇ ਗਿਣਿਆ ਹੈ ਅਸੰਖ ਜਪ ਅਸੰਖ ਪਾਓ ਸੰਖਿਆ ਇਹਨਾਂ ਦੀ ਵੀ ਨਹੀਂ ਅਤੇ ਇੱਕ ਉਹ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖਿਆ ਇਹਨਾਂ ਦੀ ਵੀ ਨਹੀਂ ਦੋਵੇਂ ਪਾਸੇ ਅਸੰਖ ਨੇ ਅਸੀਮ ਨੇ ਦੋਵੇਂ ਪਾਸੇ ਹੁਣ ਸਤਿਗੁਰੂ ਨੇ ਜਿਹੜੀ ਆਹ ਵਿਚਾਰ ਦਿੱਤੀ ਹੈ ਇਸ ਪੌੜੀ ਦੇ ਵਿੱਚ ਇਹ ਇਹਨਾਂ ਇਹ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਨੇ ਇਹ ਉਸੇ ਵਿਚਾਰ ਨੂੰ ਸਤਿਗੁਰੂ ਜੀ ਨੇ ਕੰਟੀਨਿਊ ਕੀਤਾ ਹੋਇਆ ਹੈ ਜੋ ਮੇਰੀ ਸਮਝ ਦੇ ਵਿੱਚ ਹੈ ਅਸੰਖ ਨਾਮ ਦੁਨੀਆਂ ਦੇ ਉੱਤੇ ਪਹਿਲੀ ਗੱਲ ਤੇ ਜਿੰਨੇ ਜੀਵ ਨੇ ਉਹਨਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਗਿਣਤੀ ਹੀ ਨਹੀਂ ਹੈ
ਸਾਡੇ ਧਾਰਮਿਕ ਸਾਹਿਤ ਨੇ, ਗੁਰਮਤਿ ਨੇ ਨਹੀਂ, ਸਾਡੇ ਦੇਸ਼ ਦੇ ਧਾਰਮਿਕ ਸਾਹਿਤ ਨੇ ਇੱਕ ਅੰਦਾਜ਼ਾ ਲਗਾਇਆ ਸੀ, ਅਤੇ ਉਹ ਮੋਟਾ ਮੋਟਾ ਅੰਦਾਜ਼ਾ ਇਹ ਕਹਿੰਦੇ ਸੀ ਵੀ 84 ਲੱਖ ਜੀਵ ਨੇ। ਫਿਰ ਉਹਨਾਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵੰਡਿਆ ਵੀ 42 ਲੱਖ ਪਾਣੀ ਦੇ ਵਿੱਚ ਨੇ ਅਤੇ 42 ਲੱਖ ਪਾਣੀ ਤੋਂ ਉੱਤੇ ਨੇ। ਤੁਸੀਂ ਪੜ੍ਹੋਗੇ ਗੁਰਬਾਣੀ ਦੇ ਵਿੱਚ ਬੜੀ ਵਾਰ ਹਵਾਲਾ ਹੁੰਦਾ ਇਹਦਾ। ਇਹ ਗਿਣਤੀ ਵਾਲਾ ਪਾਸਾ ਸੀ, ਜਦੋਂ ਉਹਨਾਂ ਨੇ ਗਿਣਤੀ ਕੀਤੀ ਵੀ ਇੰਨੇ ਨੇ, ਹਨ ਕਿ ਨਹੀਂ ਇਹ ਇੱਥੇ ਮਸਲਾ ਨਹੀਂ ਹੈ, ਨਾ ਇੱਥੇ ਹੈ ਅਤੇ ਨਾ ਬਾਕੀਆਂ ਥਾਵਾਂ ਦੇ ਉੱਤੇ ਹੈ। ਗੁਰਮਤਿ ਦੇ ਵਿੱਚ ਇਹ ਮਸਲਾ ਨਹੀਂ ਹੈ ਵੀ ਗਿਣਨੇ ਨੇ ਕਿ ਨਹੀਂ ਗਿਣਨੇ, ਪਰ ਇੱਕ ਚੀਜ਼ ਜ਼ਰੂਰ ਹੈ, ਜਿਨ੍ਹਾਂ ਨੇ 84 ਲੱਖ ਗਿਣੇ ਹੋਣਗੇ ਜਾਂ ਆਪਣੀ ਸਮਝ ਦੇ ਅਨੁਸਾਰ ਬੋਲਿਆ ਹੋਵੇਗਾ, ਉਹਨਾਂ ਨੇ ਫਿਰ 84 ਲੱਖ ਨਾਮ ਵੀ ਤਾਂ ਰੱਖੇ ਹੋਣਗੇ, ਉਹਨਾਂ ਦੇ 84 ਲੱਖ ਨਾਮ ਵੀ ਤਾਂ ਉਹਨਾਂ ਦੇ ਹੋਣਗੇ, ਔਰ 10 ਨਾਮ ਕਿਤੇ ਯਾਦ ਕਰਨੇ ਪੈ ਜਾਣ ਤਾਂ ਔਖਾ ਹੋ ਜਾਂਦਾ। ਔਰ 84 ਲੱਖ ਮੈਂ ਇਹ ਨਹੀਂ ਕਹਿ ਰਿਹਾ ਕਿ ਗੁਰਮਤਿ ਕਹਿ ਰਹੀ ਹੈ 84 ਲੱਖ ਹੀ ਨੇ, ਜੇ ਗਿਣਤੀ ਆ ਗਈ ਫਿਰ ਤਾਂ ਕੰਮ ਹੀ ਖਤਮ ਹੋ ਗਿਆ, ਫਿਰ ਤਾਂ ਗਿਣਦੇ ਅਸੀਂ। ਮੋਟਾ ਮੋਟਾ ਹਿਸਾਬ ਉਹਨਾਂ ਨੇ ਇਹ ਲਗਾ ਦਿੱਤਾ ਵੀ 84 ਲੱਖ। ਸਤਿਗੁਰੂ ਨੇ ਜਿੱਥੇ ਜਿੱਥੇ ਉਦਾਹਰਣ ਲਈ ਹੈ ਉਹ ਇਸ ਕਰਕੇ ਲੈ ਲਈ ਹੈ ਵੀ ਜੇ ਤੁਸੀਂ ਮੰਨਦੇ ਹੋ 84 ਲੱਖ ਹੈ ਅਤੇ ਇਸ ਵਿਚਾਰ ਦੇ ਨਾਲ ਵੀ ਜੇ ਕਿਤੇ ਉਹ ਸਮਝ ਦੇ ਵਿੱਚ ਆ ਜਾਂਦਾ ਤਾਂ ਸਮਝ ਲਓ, ਨਹੀਂ ਤਾਂ ਅਸੀਮ ਹੈ ਉਹ। ਗਿਣਤੀ ਦੀ ਚੀਜ਼ਾਂ ਨੂੰ ਉਹਨਾਂ ਨੇ ਪਾ ਦਿੱਤਾ 84 ਦੇ ਵਾਲੇ ਪਾਸੇ ਵੀ ਇਹ 84 ਲੱਖ ਨੇ, 42 ਲੱਖ ਪਾਣੀ ਵਾਲੀਆਂ, 42 ਲੱਖ ਧਰਤੀ ਦੇ ਉੱਤੇ ਰਹਿਣ ਵਾਲੀਆਂ, ਹਵਾ ਦੇ ਵਿੱਚ ਉੱਡਣ ਵਾਲੇ ਵੀ ਇਹਨਾਂ ਦੇ ਵਿੱਚ ਹੀ ਆ ਜਾਂਦੇ ਨੇ, ਅੱਧੇ ਪਾਣੀ 'ਚ ਰਹਿਣ ਵਾਲੇ, ਅੱਧੇ ਜ਼ਮੀਨ 'ਤੇ ਰਹਿਣ ਵਾਲੇ ਉਹ ਵੀ ਇਹਨਾਂ ਦੇ ਵਿੱਚ ਹੀ ਆ ਜਾਂਦੇ ਨੇ ਸਾਰੇ। ਫਿਰ ਜਦੋਂ ਉਹਨਾਂ ਨੇ ਬਨਸਪਤੀ ਨੂੰ ਤੋਲਣ ਦੀ ਕੋਸ਼ਿਸ਼ ਕੀਤੀ, ਇਹਦੇ ਵੀ ਹਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਉਹਨਾਂ ਨੇ ਕੀ ਕੀਤਾ, ਹਰ ਇੱਕ ਬਨਸਪਤੀ ਜਿਹੜੀ ਹੈ ਉਹਦੇ ਦਰਖਤ ਦਾ ਇੱਕ ਇੱਕ ਪੱਤਾ ਲਿਆ ਜਾਵੇ ਅਤੇ ਉਸ ਪੱਤੇ ਨੂੰ ਜਦੋਂ ਤੋਲਿਆ ਜਾਵੇ ਅਤੇ ਉਹਦਾ ਜਿਹੜਾ ਵੇਟ ਬਣਦਾ ਸੀ, ਉਹਦਾ ਜਿਹੜਾ ਤੋਲ ਬਣਦਾ ਸੀ, ਉਹਦੇ ਲਈ ਬਾਬਾ ਰਵਿਦਾਸ ਨੇ ਇੱਕ ਸ਼ਬਦ ਬੋਲਿਆ ਹੈ, ਭਾਰ 18 ਸਗਲ ਜੂਠਾਰੇ। ਤੁਸੀਂ ਬਾਬਾ ਰਵਿਦਾਸ ਦਾ ਸ਼ਬਦ ਆਰਤੀ ਦੇ ਵਿੱਚ ਵੀ ਜਦੋਂ ਸ਼ਬਦ ਪੜ੍ਹੇ ਜਾਂਦੇ ਨੇ ਤਾਂ ਸੁਣਦੇ ਹੋਵੋਗੇ ਇਹ ਪੰਕਤੀ, 18 ਭਾਰ ਇੱਕ ਤੋਲ ਦਾ ਭਾਪ ਹੈ, ਜਿੱਦਾਂ 1 ਕਿਲੋ ਹੈ, 2 ਕਿਲੋ ਹੈ, ਉੱਦਾਂ ਉਹ ਭਾਰ ਉਹਦਾ ਤੋਲ ਮੰਨਿਆ ਗਿਆ। ਜਿੱਦਾਂ ਉਹਨਾਂ ਨੇ ਗਿਣਤੀ ਕੀਤੀ ਉੱਦਾਂ ਉਹਨਾਂ ਨੇ ਇਹ ਕਿਹਾ ਵੀ ਜੇ ਬਨਸਪਤੀ ਦੇ ਸਾਰੇ ਪੱਤੇ ਲਏ ਜਾਣ ਦਰਖਤਾਂ ਦੇ ਤਾਂ ਉਹਨਾਂ ਦਾ ਵੇਟ ਇੰਨਾ ਬਣਦਾ ਹੈ। ਕਿਤੇ ਨਾ ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਪਾਸੇ ਤੋਂ ਸਮਝਣ ਦੀ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਿਚਾਰਧਾਰਾ ਦੇ ਵਿੱਚ ਨਹੀਂ ਆਉਂਦੇ। ਦਾਤਾਰ ਨੂੰ ਉਹ ਅਸੀਮ ਨਜ਼ਰ ਆਉਂਦਾ ਹੈ ਤਾਂ ਕੁਦਰਤ ਵੀ ਅਸੀਮ ਨਜ਼ਰ ਆਉਂਦੀ ਹੈ। ਹਾਲਾਂਕਿ ਇਸ ਵਿਸ਼ੇ ਨੂੰ ਅਸੀਂ ਬਿਲਕੁਲ ਅੱਗੇ ਜਾ ਕੇ ਬਦਲ ਵੀ ਦੇਣਾ ਹੈ, ਕਿਤੇ ਇੱਥੋਂ ਤੱਕ ਨਾ ਸੀਮਤ ਰਹਿ ਜਾਈਏ ਅਸੀਮਤਾ ਤੱਕ। ਦਾਤਾਰ ਕਹਿੰਦੇ ਅਸੰਖ ਨਾਮ, ਜਨਮ ਪਹਿਲਾਂ ਹੁੰਦਾ, ਨਾਮ ਬਾਅਦ ਦੇ ਵਿੱਚ ਰੱਖਿਆ ਜਾਂਦਾ, ਔਰ ਫਿਰ ਇਹਦਾ ਮਤਲਬ ਜਿੰਨੇ ਜਨਮ ਨੇ ਉਨੇ ਹੀ ਨਾਂ ਰੱਖੇ ਨੇ, ਅਤੇ ਰੱਖੇ ਕਿੰਨੇ ਨੇ, ਰੱਬ ਨੇ ਨਹੀਂ ਰੱਖੇ, ਅਸੀਂ ਰੱਖੇ ਨੇ ਆਪਣੀ ਸਹੂਲਤ ਦੀ ਖਾਤਰ, ਸਾਨੂੰ ਪਹਿਚਾਣ ਹੁੰਦੀ ਰਹੇ, ਸਾਰਿਆਂ ਦੇ ਘਰ ਦਾ ਇੱਕੋ ਹੀ ਨੰਬਰ ਹੋਵੇ ਤਾਂ ਕਿੰਨਿਆਂ ਨੂੰ ਭੁਲੇਖਾ ਲੱਗੇ। ਆਪਣੀ ਸਹੂਲਤ ਦੀ ਖਾਤਰ ਅਸੀਂ ਨਾਮ ਰੱਖੇ, ਆਪਣੀ ਸਹੂਲਤ ਦੀ ਖਾਤਰ ਅਸੀਂ ਫਿਰ ਥਾਵਾਂ ਦੇ ਵੀ ਨਾਮ ਰੱਖ ਦਿੱਤੇ ਨੇ। ਅਸੰਖ ਨਾਮ, ਅਸੰਖ ਨਾਮ,
ਦੁਨੀਆ ਦੇ ਵਿੱਚ ਦੇਸ਼ਾਂ ਦੀ ਗਿਣਤੀ ਵਾਲਾ ਹਿਸਾਬ ਕਿਤਾਬ ਲਗਾ ਕੇ ਵੇਖ ਲਈਏ ਤਾਂ ਕਿੱਥੇ ਹੈ ਇੰਡੀਆ, ਕਿੱਥੇ ਹੈ ਅਮੈਰੀਕਾ, ਕੈਨੇਡਾ, ਕਿੱਥੇ ਹੈ? ਕੁਝ ਵੀ ਨਹੀਂ ਹੈ ਇੱਥੇ। ਪਰ ਜੇ ਧਿਆਨ ਦੇ ਨਾਲ ਸੋਚਾਂਗੇ, ਅਸੀਂ ਆਪਣੀ ਸਹੂਲਤ ਦੇ ਲਈ ਕਿਸੇ ਨੂੰ ਇੰਡੀਆ ਬਣਾਇਆ ਹੋਇਆ, ਕਿਸੇ ਨੂੰ ਕੈਨੇਡਾ ਬਣਾਇਆ, ਕਿਸੇ ਨੂੰ ਅਮੈਰੀਕਾ ਬਣਾ ਦਿੱਤਾ ਹੈ, ਸਿਰਫ ਆਪਣੀ ਸਹੂਲਤ ਦੀ ਖਾਤਰ ਹੈ। ਕੁਦਰਤ ਦੇ ਵਿੱਚ ਇਹ ਸਿਰਫ ਇੱਕ ਧਰਤੀ ਹੈ, ਔਰ ਧਰਤੀ ਵੀ ਇੱਦਾਂ ਦੀ ਜਿੱਦਾਂ ਬੜੇ ਵੱਡੇ ਰੇਤ ਦੇ ਢੇਰ ਦੇ ਵਿੱਚ ਇੱਕ ਛੋਟਾ ਜਿਹਾ ਰੇਤ ਦਾ ਕਿਣਕਾ ਹੋਵੇ। ਇਹਦੇ ਤੋਂ ਵੱਧ ਇਹ ਕੁਝ ਵੀ ਨਹੀਂ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ ਇਹ। ਪਰ ਜਿੰਨਾ ਕੁਝ ਹੈ, ਜਿੰਨਾ ਕੁਝ ਹੈ, ਹਰ ਇੱਕ ਚੀਜ਼ ਦੇ ਕੋਲ ਜਦੋਂ ਬੰਦਾ ਪਹੁੰਚਦਾ ਉਹਦਾ ਨਾਮ ਰੱਖ ਦਿੰਦਾ। ਜਿਹੜੀਆਂ ਜਿਹੜੀਆਂ ਖੋਜਾਂ ਹੋਈਆਂ ਨਾ ਤੁਸੀਂ ਵੇਖੋਗੇ, ਉਹ ਜਾਂ ਤਾਂ ਫਿਰ ਜਿਹੜੇ ਬੰਦੇ ਨੇ ਉਹਨੂੰ ਖੋਜਿਆ ਉਹਦੇ ਨਾਮ ਦੇ ਉੱਤੇ ਉਹਦਾ ਨਾਮ ਰੱਖ ਦਿੱਤਾ ਗਿਆ ਵੀ ਹਾਂ ਇਹਨੂੰ ਇਸ ਬੰਦੇ ਨੇ ਖੋਜਿਆ ਹੈ, ਇਸ ਕਰਕੇ ਇਹਦਾ ਨਾਮ ਹੀ ਇਸ ਪਾਸੇ ਤੋਂ ਰੱਖ ਦਿੱਤਾ ਜਾਵੇ। ਬੜੇ ਸਾਇੰਟਿਸਟ ਦੇ ਨਾਮ ਦੇ ਉੱਤੇ ਜਿਹੜੀ ਜਿਹੜੀ ਉਹਨਾਂ ਨੇ ਖੋਜ ਕੀਤੀ ਹੈ ਉਹਦਾ ਨਾਮ ਹੀ ਇੱਦਾਂ ਦਾ ਹੋ ਗਿਆ, ਕਿਉਂਕਿ ਚੀਜ਼ ਪਹਿਲਾਂ ਮੌਜੂਦ ਸੀ ਪਰ ਨਾਮ ਬਾਅਦ ਦੇ ਵਿੱਚ ਰੱਖਿਆ ਗਿਆ। ਹਰ ਇੱਕ ਚੀਜ਼ ਪਹਿਲਾਂ ਮੌਜੂਦ ਹੈ ਕੁਦਰਤ ਦੇ ਵਿੱਚ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿੰਨੀਆਂ ਚੀਜ਼ਾਂ ਅਸੰਖ ਨੇ ਉਹਨਾਂ ਦੇ ਨਾਮ ਵੀ ਅਸੰਖ ਨੇ। ਅਸੰਖ ਨਾਮ, ਨਾਵਾਂ ਦੀ ਵੀ ਗਿਣਤੀ ਨਹੀਂ, ਪਰ ਵਿਆਕਰਨ ਦੀ ਬੋਲੀ ਦੇ ਵਿੱਚ ਨਾਵਾਂ ਦੀਆਂ ਵੀ ਕਿਸਮਾਂ ਅੱਗੇ ਆ ਜਾਂਦੀਆਂ ਨੇ। ਇੱਕ ਹੁੰਦੇ ਨੇ ਆਮ ਨਾਮ, ਜਿੱਦਾਂ ਅਸੀਂ ਸਾਰੇ ਜਾਣੇ ਬੈਠੇ ਹਾਂ ਤਾਂ ਸਾਨੂੰ ਸਾਰੇ ਜਾਣਿਆਂ ਨੂੰ ਕੀ ਕਹਿ ਦੇਵੇਗਾ ਜੀ, ਮਨੁੱਖ ਬੈਠੇ ਹੋਏ ਨੇ। ਫਿਰ ਅੱਗੇ ਨਾਵਾਂ ਦੇ ਵਿੱਚੋਂ ਵੀ ਖਾਸ ਨਾਮ ਆ ਜਾਂਦੇ ਨੇ ਵੀ ਮਨੁੱਖ 'ਤੇ ਬੈਠਾ ਹੈ, ਕਿਹੜਾ ਖਾਸ ਬੰਦਾ ਬੈਠਾ ਹੈ, ਕਿਹਦਾ ਕੀ ਨਾਮ ਹੈ। ਫਿਰ ਕੁਝ ਚੀਜ਼ਾਂ ਆ ਜਾਂਦੀਆਂ ਨੇ, ਉਹਨਾਂ ਨਾਵਾਂ ਨੂੰ ਬੋਲਿਆ ਗਿਆ ਜਿਨ੍ਹਾਂ ਦਾ ਅਸੀਂ ਸਵਾਦ ਲੈ ਸਕਦੇ ਹਾਂ, ਕੁਝ ਚੀਜ਼ਾਂ ਅਸੀਂ ਜਿਨ੍ਹਾਂ ਨੂੰ ਮਹਿਸੂਸ ਹੀ ਕਰ ਸਕਦੇ ਹਾਂ, ਕੁਝ ਚੀਜ਼ਾਂ ਜਿਹੜੀਆਂ ਜਮਾਤ ਦੇ ਰੂਪ ਦੇ ਵਿੱਚ ਆ ਜਾਂਦੀਆਂ ਨੇ। ਹਰ ਇੱਕ ਚੀਜ਼ ਦਾ ਬੰਦੇ ਨੇ ਆਪਣੀ ਸਹੂਲਤ ਦੇ ਲਈ ਨਾਮ ਰੱਖ ਦਿੱਤਾ ਹੈ। ਵੈਸੇ ਕੋਈ ਨਾਮ ਨਹੀਂ ਹੈ, ਕਿਹੜਾ ਬੱਚਾ ਜਨਮ ਵੇਲੇ ਨਾਮ ਲੈ ਕੇ ਆ ਰਿਹਾ? ਵਿਸ਼ਾ ਥੋੜ੍ਹਾ ਜਿਹਾ ਮੈਂ ਫਿਰ ਕਹਿ ਦੇਵਾਂ, ਔਖਾ ਵੀ ਹੋਵੇਗਾ, ਪਰ ਇਹ ਬੜੇ ਧਿਆਨ ਦੇ ਨਾਲ ਜਪਜੀ ਸਾਹਿਬ ਨੂੰ ਸਮਝਣ ਵਾਲਾ ਵਿਸ਼ਾ ਹੈ। ਕੀ ਹੈ ਨਾਮ? ਔਰ ਗੁਰਬਾਣੀ ਦੀ ਇੱਕ ਪੰਕਤੀ ਹੈ, ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤ ਅਹੰਕਾਰਾ। ਆਪਣੇ ਅੰਦਰ ਤੀਰ ਫੜ ਕਰਕੇ ਵੇਖ ਵੀ ਜਦੋਂ ਤੇਰਾ ਨਾਮ ਲੈ ਕੇ ਲੋਕੀ ਸੱਜਦੇ ਨੇ ਉਹ ਕਿੱਥੇ ਟਿਕਿਆ ਹੋਇਆ? ਤੇਰਾ ਨਾਮ ਕਿੱਥੇ ਹੈ? ਕੋਈ ਮੈਨੂੰ ਕਵੇ ਵੀ ਮੇਰਾ ਨਾਂ ਇਹ ਹੈ ਅਤੇ ਮੈਂ ਉੱਠ ਤੇ ਪੈਂਦਾ ਹਾਂ ਕਿ ਮੇਰਾ ਨਾਂ ਆਹ ਹੈ, ਕੋਈ ਚੀਰ ਕੇ ਵੇਖੇ ਵੀ ਕਿੱਥੇ ਹੈ ਇਹ ਨਾਂ, ਕਿਤੇ ਵੀ ਨਹੀਂ ਲੱਭੇਗਾ, ਕਿਤੇ ਵੀ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਇੱਦਾਂ ਹੀ ਥੋੜ੍ਹਾ ਜਿਹਾ ਸਰੀਰ ਚੀਰ ਕੇ ਵੇਖ ਲਾ, ਜੇ ਤੈਨੂੰ ਕਿਸੇ ਥਾਂ ਦੇ ਉੱਤੇ ਹੰਕਾਰ ਆਪਣਾ ਲੱਭਦਾ ਹੋਵੇ, ਵੇਖਾਂ ਭਲਾ ਲੱਭਦਾ ਤੈਨੂੰ? ਕਿਤੇ ਵੀ ਨਹੀਂ ਲੱਭਦਾ ਪਿਆ। ਔਰ ਹੁੰਦ ਸਿਰਫ ਇੰਨੀ ਕੁ ਹੀ ਹੈ, ਸਮਝ ਸਿਰਫ ਇੰਨੀ ਕੁ ਹੀ ਹੈ, ਅਸੰਖ ਨਾਮ। ਫਿਰ ਵੀ ਅਕਾਲ ਪੁਰਖ ਵਾਹਿਗੁਰੂ ਨੇ ਇੰਨਾ ਕੁਝ ਪੈਦਾ ਕੀਤਾ ਹੋਇਆ ਹੈ ਅਤੇ ਜੋ ਕੁਝ ਵੀ ਪੈਦਾ ਕੀਤਾ ਹੈ ਉਹਦਾ ਨਾਮ ਬੰਦੇ ਨੇ ਆਪਣੀ ਸਹੂਲਤ ਦੇ ਲਈ ਰੱਖ ਦਿੱਤਾ ਹੈ, ਕੋਈ ਨਾ ਕੋਈ ਨਾਮ ਰੱਖ ਦਿੱਤਾ ਹੈ। ਫਿਰ ਥਾਵਾਂ ਵੀ ਅਸੀਮ ਨੇ, ਥਾਵਾਂ ਵੀ ਅਸੰਖ ਨੇ, ਨਾਵਾਂ ਦਾ ਘਾਟਾ ਨਹੀਂ ਅਤੇ ਥਾਵਾਂ ਦਾ ਵੀ ਘਾਟਾ ਨਹੀਂ। ਹਰ ਇੱਕ ਥਾਂ ਕੋਈ ਚੰਗੀ ਹੈ, ਕੋਈ ਮਾੜੀ ਹੈ, ਅਸੀਂ ਆਪਣੀ ਸਹੂਲਤ ਦੇ ਲਈ ਬਣਾ ਲਈ। ਕੋਈ ਉੱਚੀ ਥਾਂ ਕਹਿ ਦਿੱਤੀ, ਕੋਈ ਨੀਵੀਂ ਥਾਂ ਕਹਿ ਦਿੱਤੀ, ਹਰ ਇੱਕ ਚੀਜ਼ ਨੂੰ ਅਸੀਂ ਆਪਣੀ ਸਹੂਲਤ ਦੇ ਲਈ ਕਹਿੰਦੇ ਹਾਂ। ਔਰ ਤੁਸੀਂ ਜਿੰਨਿਆਂ ਨੇ ਵੀ
ਸਮਾਜ ਦੇ ਵਿੱਚ ਸੰਬੰਧ ਬਣਾਉਣਾ ਹੈ, ਸਾਨੂੰ ਕੁਝ ਨਾ ਕੁਝ ਨਾਮ ਦੱਸਣੇ ਪੈਣਗੇ। ਇਹ ਅੱਗੇ ਜਾ ਕੇ ਇਸੇ ਪੌੜੀ ਦੇ ਵਿੱਚ ਗੱਲਾਂ ਆਉਣਗੀਆਂ। ਅਸੰਖ ਨਾਮ, ਅਸੰਖ ਹੀ ਇਸ ਦੁਨੀਆਂ ਦੇ ਵਿੱਚ ਜੀਵਾਂ ਦੇ ਨਾਮ ਨੇ, ਅਸੰਖ ਥਾਮ ਅਤੇ ਅਸੰਖ ਹੀ ਥਾਵਾਂ ਨੇ। ਔਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਿਚਾਰਧਾਰਾ ਨੂੰ ਕਹਿੰਦੇ ਨੇ ਨਾ, ਤਾਂ ਫਿਰ ਮੈਨੂੰ ਮਾਫ਼ ਕਰਿਓ, ਉਹ ਧਰਤੀ ਦੀ ਇਕੱਲੀ ਗੱਲ ਨਹੀਂ ਕਰਦੇ। ਉਹ ਉੱਠ ਕੇ ਤਾਂ ਫਿਰ ਥੋੜ੍ਹਾ ਜਿਹਾ ਤੁਸੀਂ ਵੀ ਕਹਿ ਦਿਓ, ਧਿਆਨ ਖਿੰਡੇਗਾ ਤਾਂ ਮੇਰੇ ਲਈ ਮੁਸ਼ਕਲ ਹੋ ਜਾਵੇਗਾ। ਔਰ ਮੈਨੂੰ ਮਾਫ਼ ਕਰ ਦਿਓ, ਮੇਰੇ ਕੋਲੋਂ ਇਹ ਚੀਜ਼ਾਂ ਫਿਰ ਔਖੀਆਂ ਹੋ ਜਾਂਦੀਆਂ ਨੇ, ਮੈਂ ਬੜੀ ਵਾਰ ਬੇਨਤੀ ਕਰਦਾ ਹੁੰਦਾ। ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ ਅਸੰਖ ਲੋਭ, ਇਹ ਬਿਲਕੁਲ ਇੱਦਾਂ ਦੀ ਗੱਲ ਹੋ ਜਾਂਦੀ ਹੈ ਜਿੱਦਾਂ ਚੱਲਦੇ ਸ਼ਾਂਤ ਪਾਣੀ ਦੇ ਵਿੱਚ ਕੋਈ ਸੋਟੀ ਮਾਰ ਦੇਵੇ, ਬੁਰਾ ਲੱਗਦਾ ਸਾਨੂੰ ਸੁਣਨ ਨੂੰ, ਪਰ ਸੱਚੀ ਗੱਲ ਹੈ, ਸਾਡੇ ਵਿੱਚ ਸੰਗਤ ਕਰਨ ਦਾ ਸਵਾਦ ਹੀ ਖਤਮ ਹੋ ਗਿਆ। ਅਗੰਮ ਅਗੰਮ ਅਸੰਖ ਲੋ, ਗੁਰੂ ਨਾਨਕ ਸਾਹਿਬ ਜਿੱਦਣ ਇਸ ਸ੍ਰਿਸ਼ਟੀ ਨੂੰ ਵੇਖਦੇ ਨੇ, ਇਸ ਦ੍ਰਿਸ਼ਟੀ ਨੂੰ ਵੇਖਦੇ ਨੇ, ਅਤੇ ਫਿਰ ਉਹਨਾਂ ਦੀ ਦ੍ਰਿਸ਼ਟੀ ਇਸ ਧਰਤੀ ਤੱਕ ਨਹੀਂ ਰਹਿ ਜਾਂਦੀ, ਫਿਰ ਸਮੁੱਚੇ ਬ੍ਰਹਿਮੰਡ ਦੇ ਵਿੱਚ ਘੁੰਮਦੇ ਨੇ, ਸਮੁੱਚੇ ਬ੍ਰਹਿਮੰਡ ਦੇ ਵੱਲ ਜਾਂਦੇ ਨੇ। ਔਰ ਦਾਤਾਰ ਕਹਿੰਦੇ ਅਸੰਖ ਹੀ ਥਾਵਾਂ ਇਹੋ ਜਿਹੀਆਂ ਨੇ, ਅਸੰਖ ਲੋਕ ਇਹੋ ਜਿਹੇ ਨੇ, ਜਿੱਥੋਂ ਤੱਕ ਅਜੇ ਬੰਦੇ ਦੀ ਪਹੁੰਚ ਹੀ ਨਹੀਂ ਹੋ ਸਕੀ। ਅਗੰਮ ਅਗੰਮ ਅਸੰਖ ਲੋ, ਲੋ ਦਾ ਅਰਥ ਹੈ ਲੋਕ, ਇਹੋ ਜਿਹੀਆਂ ਥਾਵਾਂ ਵੀ ਬਹੁਤ ਨੇ ਜਿੱਥੋਂ ਤੱਕ ਅਜੇ ਬੰਦਾ ਪਹੁੰਚ ਹੀ ਨਹੀਂ ਸਕਿਆ। ਜੋ ਮੈਂ ਪੜ੍ਹਿਆ ਸੀ ਉਹ ਇਹ ਸੀ ਕਿ ਕੁਝ ਤਾਰੇ ਇਹੋ ਜਿਹੇ ਨੇ ਜਿਹੜੇ ਖਤਮ ਹੋ ਚੁੱਕੇ ਨੇ, ਪਰ ਉਹਨਾਂ ਦੀ ਲਾਈਟ ਅਜੇ ਤੱਕ ਪਹੁੰਚਦੀ ਪਈ ਹੈ, ਪਿੱਛੋਂ ਖਤਮ ਹੋ ਚੁੱਕੇ ਨੇ, ਕਿੰਨੀ ਦੂਰ ਹੋਣਗੇ। ਉਹਨਾਂ 'ਚ ਸਾਡੇ ਵਾਲੇ ਸਾਲਾਂ 'ਚ ਮਿਣਿਆ ਵੀ ਨਹੀਂ ਜਾਂਦਾ, ਤਾਂ ਲਾਈਟ ਈਅਰ ਦੇ ਵਿੱਚ ਮਿਣਿਆ ਜਾਂਦਾ ਹੈ, ਸਾਡੇ ਵਾਲੇ ਸਾਲਾਂ 'ਚ ਗਿਣਤੀ ਵੀ ਨਹੀਂ ਹੈ ਉਹਨਾਂ ਦੀ, ਪ੍ਰਕਾਸ਼ ਸਾਲ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਗਿਣਿਆ ਜਾਂਦਾ ਹੈ। ਅਤੇ ਇਹ ਵੀ ਹੈ ਕੁਝ ਜਿਹੜੇ ਤਾਰੇ ਨੇ ਉਹਨਾਂ ਨੇ ਉਹ ਜਗਦੇ ਪਏ ਨੇ, ਉਹਨਾਂ ਦਾ ਚਾਨਣ ਅਜੇ ਧਰਤੀ ਦੇ ਉੱਤੇ ਪਹੁੰਚਣਾ ਹੈ, ਕਿੰਨੀ ਦੂਰ ਕਿਤੇ ਬੈਠੇ ਹੋਣਗੇ। ਇਹ ਅਸੀਮਤਾ, ਅਜੇ ਸਿਰਫ ਅਸੀਂ ਇਸ ਪਾਸੇ ਨੂੰ ਸਮਝਦੇ ਪਏ ਹਾਂ, ਬਾਬਾ ਤਾਂ ਇਹਦੇ ਤੋਂ ਵੀ ਅੱਗੇ ਦੀ ਗੱਲ ਕਰੇਗਾ। ਅਗੰਮ ਅਗੰਮ ਅਸੰਖ ਲੋ, ਸਤਿਗੁਰੂ ਦਾ ਇੱਕ ਸ਼ਬਦ ਮੈਂ ਭਾਈ ਗੁਰਦਾਸ ਸਾਹਿਬ ਜੀ ਦਾ ਆਪ ਜੀ ਦੇ ਅੱਗੇ ਰੱਖਾਂ, ਅਤੇ ਦਾਤਾਰ ਕਹਿੰਦੇ ਨੇ ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਸੁਮਾਰਾ। ਰੱਬ ਨੇ ਆਪਣੇ ਇੱਕ ਛੋਟੇ ਜਿਹੇ ਰੋਮ ਦੇ ਵਿੱਚ, ਸਿਰਫ ਸਮਝ ਦੀ ਖਾਤਰ, ਇਹਨੂੰ ਪਤਾ ਕੋਈ ਰੋਮ ਹੈ, ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਸੁਮਾਰਾ, ਉਹਨੇ ਕਰੋੜਾਂ ਹੀ ਬ੍ਰਹਿਮੰਡ ਆਪਣੇ ਇੱਕ ਛੋਟੇ ਜਿਹੇ ਰੋਮ ਦੇ ਵਿੱਚ ਰੱਖ ਦਿੱਤੇ ਨੇ। ਆ ਸਾਡੇ ਸਰੀਰ ਦਾ ਕੋਈ ਮਾੜਾ ਜਿਹਾ ਰੋਮ ਹੋਵੇ ਨਾ, ਅਤੇ ਉਹਦੇ ਵਿੱਚ ਵੇਖੋ, ਦਾਤਾਰ ਕਹਿੰਦੇ ਬਸ ਇੰਨੇ ਕੁ ਰੋਮ ਦੇ ਵਿੱਚ ਉਹਨੇ ਕਰੋੜਾਂ ਹੀ ਬ੍ਰਹਿਮੰਡ ਜਿਹੜੇ ਨੇ ਉਹ ਉਸਾਰ ਦਿੱਤੇ ਨੇ, ਇੰਨੀ ਅਸੀਮਤਾ ਹੈ ਉਹਦੀ। ਪਰ ਦਾਤਾਰ ਹੁਣ ਰੱਬ ਦੇ ਬਾਰੇ ਗੱਲ ਕਰਦੇ ਪਏ ਨੇ, ਕੁਦਰਤ ਤੋਂ ਤੁਰਦੇ ਤੁਰਦੇ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਆ ਗਏ। ਸਤਿਗੁਰੂ ਕਹਿੰਦੇ ਅਸੰਖ ਕਹਿ ਸਿਰ ਭਾਰ ਹੋਏ, ਕੁਦਰਤ ਨੂੰ ਤਾਂ ਇਹ ਕਹਿ ਦਿੱਤਾ ਵੀ ਅਸੰਖ ਹੈ ਕੁਦਰਤ, ਸੰਖਿਆ ਦੇ ਵਿੱਚ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਰੱਬ ਲਈ ਤੁਸੀਂ ਅਸੰਖ ਸ਼ਬਦ ਵੀ ਨਹੀਂ ਕਹਿ ਸਕਦੇ, ਜੇ ਤੁਸੀਂ ਅਸੰਖ ਕਹਿੰਦੇ ਜੇ ਤਾਂ ਵੀ ਸਿਰ ਦੇ ਉੱਤੇ ਭਾਰ ਹੈ, ਤਾਂ ਵੀ ਤੁਹਾਡੇ ਸਿਰ ਦੇ ਉੱਤੇ ਬਰਡਨ ਹੈ, ਤੁਸੀਂ ਤਾਂ ਵੀ ਨਹੀਂ ਉਹਦੇ ਲਈ ਇਹ ਸ਼ਬਦ ਕਹਿ ਸਕਦੇ। ਜੇ ਗੱਲ ਪਕੜ ਦੇ ਵਿੱਚ ਆਈ ਹੋਵੇ, ਜੋ ਦਿਸਣ ਵਾਲੀ ਚੀਜ਼ ਹੈ, ਭਾਵੇਂ ਕਿ ਗਿਣਤੀ ਕੋਈ ਨਹੀਂ ਹੈ, ਭਾਵੇਂ ਕਿ ਕੁਝ ਵੀ ਇਹਦੀ ਗਿਣਤੀ ਨਹੀਂ ਹੈ, ਅਸੀਂ ਕਰ ਹੀ ਨਹੀਂ ਸਕਦੇ ਗਿਣਤੀ, ਸਾਡੀ ਗਿਣਤੀ ਮੁੱਕ ਜਾਵੇਗੀ,
ਸਤਿਗੁਰੂ ਜੀ ਦਾ ਇਸੇ ਹੀ ਬਾਣੀ ਦੇ ਵਿੱਚ ਵਚਨ ਹੈ, ਲੇਖਾ ਹੋਏ ਤਾਂ ਲਿਖੀ ਹੈ। ਜੇ ਗਿਣਤੀਆਂ ਮਿਣਤੀਆਂ ਖੋ ਸਕਦੀਆਂ ਹੋਣ ਤਾਂ ਅਸੀਂ ਕਰ ਲਈਏ, ਲਿਖਿਆ ਹੋਏ ਵਿਨਾਸ਼, ਸਾਡੇ ਕਾਗਜ਼ ਮੁੱਕ ਜਾਣਗੇ, ਉਹਦੀ ਗਿਣਤੀ ਮਿਣਤੀ ਨਹੀਂ ਮੁੱਕੇਗੀ, ਕਿਉਂਕਿ ਗਿਣਤੀ ਮਿਣਤੀ ਵਾਲਾ ਸਿਸਟਮ ਹੀ ਨਹੀਂ ਹੈ ਉਹਦਾ। ਅਸੰਖ ਕਹੇ, ਕੁਦਰਤ ਨੂੰ ਤੁਸੀਂ ਕਹਿ ਦਿੱਤਾ, ਸਤਿਗੁਰੂ ਕਹਿੰਦੇ ਮੈਂ ਅਸੰਖ, ਮੈਂ ਕਹਿ ਦਿੰਦਾ ਕਿ ਅਸੰਖ ਹੀ ਜੀਵ ਚੰਗੇ ਨੇ, ਅਸੰਖ ਹੀ ਮਾੜੇ ਨੇ, ਅਸੰਖ ਹੀ ਨਾਂ ਨੇ, ਅਸੰਖ ਹੀ ਥਾਂ ਨੇ। ਰੱਬ ਦੇ ਬਾਰੇ ਜੇ ਅਸੀਂ ਅਸੰਖ ਸ਼ਬਦ ਵੀ ਕਹਿੰਦੇ ਹਾਂ ਨਾ, ਭਾਵੇਂ ਕਿ ਕਾਊਂਟਲੈਸ ਹੈ, ਗਿਣਤੀ ਤੋਂ ਬਿਨਾਂ ਸ਼ਬਦ ਹੈ ਇਹ, ਦਾਤਾਰ ਕਹਿੰਦੇ ਉਹ ਸ਼ਬਦ ਵੀ ਉਹਦੇ ਲਈ ਛੋਟਾ ਹੈ, ਉਹ ਵੀ ਸ਼ਬਦ ਅਸੀਂ ਇਹ ਨਹੀਂ ਕਹਿ ਸਕਦੇ ਵੀ ਆਹ ਸ਼ਬਦ ਉਹਦੇ ਲਈ ਕਿਹਾ ਜਾ ਸਕਦਾ। ਹੁਣ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ, ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝਣਾ। ਗੁਰਮਤਿ ਦੀ ਦ੍ਰਿਸ਼ਟੀ ਕੀ ਹੈ? ਪਹਿਲਾ ਪਾਸਾ ਹੈ ਕੁਦਰਤ ਅਸੀਮ ਹੈ, ਇਹਦਾ ਅੰਤ ਕਿਤੇ ਨਹੀਂ। ਪਰ ਗੁਰਬਾਣੀ ਨੇ ਇਹ ਵੀ ਹਵਾਲੇ ਦੇ ਦਿੱਤੇ, ਜੇ ਅਸੀਮ ਹੁੰਦਿਆਂ ਵੀ ਇਹ ਸੀਮਤ ਹੈ, ਅਸੀਮ ਹੁੰਦਿਆਂ ਵੀ ਇਹ ਸੀਮਤ ਹੈ। ਥੋੜ੍ਹਾ ਜਿਹਾ ਇਹਨੂੰ ਫਿਰ ਸਮਝ ਲੈਣਾ ਧਿਆਨ ਦੇ ਨਾਲ। ਅਸੀਂ ਕਿੰਨੇ ਸਾਹ ਲੈ ਲਏ ਨੇ ਕੌਣ ਗਿਣ ਸਕਦਾ? ਨਹੀਂ ਗਿਣੇ ਜਾਣਗੇ। ਧਰਤੀ ਦੇ ਉੱਤੇ ਕਿੰਨਾ ਕੁ ਪਾਣੀ ਹੈ? ਨਹੀਂ ਗਿਣਿਆ ਜਾ ਸਕਦਾ, ਨਹੀਂ ਮਿਣਿਆ ਜਾ ਸਕਦਾ। ਫਿਰ ਇੱਥੋਂ ਤੱਕ ਕਿ ਬਾਰਿਸ਼ ਦੀਆਂ ਕਣੀਆਂ ਹੁੰਦੀਆਂ ਨੇ, ਕੌਣ ਗਿਣ ਲੈਂਦਾ ਵੀ ਕਿੰਨੀਆਂ ਗਣੀ ਕਿੰਨੀਆਂ ਕਣੀਆਂ ਜ਼ਮੀਨ 'ਤੇ ਡਿੱਗ ਪਈਆਂ ਨੇ? ਉਹ ਫਿਰ ਐਂਡ ਦੇ ਉੱਤੇ ਇੱਕੋ ਹੀ ਹੁੰਦਾ ਵੀ ਕਿੰਨੇ mm ਬਾਰਿਸ਼ ਹੋਈ ਹੈ, ਲਾਸਟ ਦੇ ਵਿੱਚ ਕੋਈ ਤਰੀਕਾ ਰੱਖ ਲਿਆ ਜਾਂਦਾ, ਕੌਣ ਗਿਣੇ ਵੀ ਕੀ ਹੋ ਰਿਹਾ? ਪਰ ਡਿੱਗ ਤਾਂ ਗਿਣਤੀ ਦੇ ਵਿੱਚ ਰਹੀਆਂ ਨੇ। ਜਦੋਂ ਤੁਸੀਂ ਵੇਖੋਗੇ, ਜਦੋਂ ਟੁੱਟ ਕੇ ਡਿੱਗਦੀਆਂ ਨੇ ਜਾਂ ਧਾਰ ਵੀ ਵਗਦੀ ਪਈ ਹੈ, ਕਿਸੇ ਵੀ ਰੂਪ ਦੇ ਵਿੱਚ ਹੋ ਰਹੀ ਹੈ, ਕਿਤੇ ਨਾ ਕਿਤੇ ਤਾਂ ਗਿਣੀਆਂ ਜਾ ਸਕਦੀਆਂ ਨੇ, ਕਿਉਂਕਿ ਅਸੀਂ ਗਿਣਤੀ ਬਣਾਈ ਹੈ ਹਰ ਚੀਜ਼ ਨੂੰ। ਅਸੀਮ ਹੈ ਕੁਦਰਤ, ਸਾਡੇ ਸਾਹ ਗਿਣੇ ਨਹੀਂ ਜਾ ਸਕਦੇ, ਪਤਾ ਨਹੀਂ ਕਿੰਨੇ ਸਾਹ ਲਏ। ਪਰ ਸੋਚੋ, ਗੁਰਬਾਣੀ ਦੇ ਵਿੱਚ ਹੀ ਇੱਕ ਹਵਾਲਾ ਹੈ, ਕਹਿੰਦੇ ਜੇ ਕਿਤੇ ਇੱਦਾਂ ਦਾ ਹਿਸਾਬ ਕਿਤਾਬ ਆ ਜਾਵੇ ਵੀ ਕੱਲ੍ਹ ਨੂੰ ਸਾਰਾ ਕੁਝ ਹੀ ਗਿਣਿਆ ਜਾਣ ਲੱਗ ਪਵੇ, ਪਾਣੀ ਮਿਣਿਆ ਨਹੀਂ ਗਿਆ, ਲਾਸਟ ਕੋਈ ਨਹੀਂ ਵੀ ਹਾਂ ਇੰਨਾ ਹੀ ਪਾਣੀ ਹੈ, ਪਰ ਮੋਟੇ ਤੌਰ ਦੇ ਉੱਤੇ ਕਹਿ ਦਿੱਤਾ ਜੀ ਸਮੁੰਦਰ ਇੰਨਾ ਡੂੰਘਾ ਹੈ, ਮੋਟੇ ਤੌਰ ਦੇ ਉੱਤੇ ਕਹਿ ਦਿੱਤਾ ਇੰਨੇ mm ਬਾਰਿਸ਼ ਹੋ ਗਈ ਹੈ, ਮੋਟੇ ਤੌਰ ਦੇ ਉੱਤੇ ਕਹਿ ਦਿੱਤਾ ਇੰਨੇ ਇਲਾਕੇ ਦੇ ਵਿੱਚ ਜੰਗਲ ਹੈ, ਇੰਨੇ ਇਲਾਕੇ ਦੇ ਵਿੱਚ ਪਾਣੀ ਹੈ, ਇੰਨੇ ਇਲਾਕੇ ਦੇ ਵਿੱਚ ਸਾਡਾ ਜਿਹੜਾ ਜ਼ਮੀਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ, ਮੋਟੇ ਮੋਟੇ ਤੌਰ ਦੇ ਉੱਤੇ ਗੱਲਾਂ ਕਹਿ ਦਿੱਤੀਆਂ। ਇਹ ਕੁਦਰਤ ਦੇ ਬਾਰੇ ਤਾਂ ਕਿਹਾ ਜਾ ਸਕਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਹੈ ਉਹ ਵੀ ਅਸੀਮ, ਅਸੀਮਤ ਹੁੰਦਿਆਂ ਵੀ ਸੀਮਤ ਹੈ। ਅਸੀਮ ਇਸ ਕਰਕੇ ਹੈ ਕਿ ਸਾਡੀ ਗਿਣਤੀ ਤੋਂ ਬਾਹਰ ਹੈ, ਸਾਡੀ ਪਹੁੰਚ ਤੋਂ ਬਾਹਰ ਹੈ, ਸਾਡੀ ਸਮਝ ਤੋਂ ਬਾਹਰ ਹੈ। ਪਰ ਜਦੋਂ ਇਹਨੂੰ ਰੱਬ ਵਾਲੇ ਪਾਸੇ ਤੋਂ ਵੇਖਾਂਗੇ, ਰੱਬ ਵਾਲੇ ਪਾਸੇ ਤੋਂ ਇਹ ਪਹੁੰਚ ਤੋਂ ਬਾਹਰ ਨਹੀਂ ਹੈ। ਉਹਦੇ ਲਈ ਸਿਰਫ ਏਡੀ ਕੁ ਖੇਡ ਹੈ, ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਉਹਦੇ ਲਈ ਬਸ ਇੰਨਾ ਕੁ ਹੈ, ਕਈ ਵਾਰ ਪਸਰਿਓ ਪਾਸਾਰ, ਉਹਦੇ ਲਈ ਸਿਰਫ ਇੰਨਾ ਕੁ ਹੈ। ਸਾਡੇ ਲਈ ਬੜੀ ਅਸੀਮ ਹੈ, ਸਾਡੇ ਲਈ ਬੜੀ ਵੱਡੀ ਹੈ, ਔਰ ਮਾਲਕ ਲਈ ਕੁਝ ਵੀ ਨਹੀਂ ਹੈ। ਔਰ ਕੁਦਰਤ ਦੇ ਲਈ ਅਸੰਖ ਸ਼ਬਦ ਕਹਿ ਦਿੱਤਾ, ਸਤਿਗੁਰੂ ਕਹਿੰਦੇ ਰੱਬ ਦੇ ਲਈ ਜੇ ਅਸੰਖ ਸ਼ਬਦ ਵੀ ਕਹਾਂਗੇ ਨਾ ਤਾਂ ਉਹ ਵੀ ਥੋੜ੍ਹਾ ਹੈ, ਕੁਦਰਤ ਲਈ ਕਹਿ ਦਿੱਤਾ ਹੈ ਅਸੰਖ। ਅਸੰਖ ਰੱਬ ਦੇ ਲਈ ਨਹੀਂ ਕਿਹਾ ਜਾ ਸਕਦਾ। ਔਰ ਫਿਰ ਇਹਨੂੰ ਮੈਂ ਆਪ ਜੀ ਦੇ ਅੱਗੇ ਬਚਨ ਰੱਖਾਂ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਇੱਕ ਸ਼ਬਦ ਹੈ, ਦਾਤਾਰ ਕਹਿੰਦੇ ਨੇ ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਘਨ ਹਰ ਬੂੰਦ, ਬੱਦਲ ਦੀ ਬੂੰਦਾਂ, ਬਸੋ ਰੋਮਾਵਲ, ਧਰਤੀ ਦੇ ਉੱਤੇ ਜਿੰਨਾ ਵੀ ਜਿਹੜੀ ਬਨਸਪਤੀ ਉੱਗੀ ਹੋਈ ਹੈ, ਸਾਰੀ ਹੀ ਬਨਸਪਤੀ ਕੁਸਮ ਬਸੰਤ, ਜਿੰਨੇ ਵੀ ਫੁੱਲ ਖਿੜਦੇ ਨੇ,
ਗਣਤ ਨਾ ਆਵੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਔਰ ਕੀ ਗਿਣਿਆ ਜਾ ਸਕਦਾ ਇਹਨਾਂ ਦੇ ਬਾਰੇ? ਕਿਸੇ ਨੂੰ ਬਿਠਾ ਦਿਉ ਪਾਰਕ ਦੇ ਵਿੱਚ ਕਿ ਆ ਛੋਟੀ ਜਿਹੀ ਪਾਰਕ ਹੈ, ਗਿਣ ਲਾ ਕਿੰਨੇ ਕੁ ਘਾਹ ਦੇ ਤਿਣਕੇ ਨੇ। ਗਿਣਤੀ ਤਾਂ ਹੋ ਸਕਦੀ ਹੈ, ਪਰ ਕਿੰਨਾ ਗਿਣ ਲਵੇ? ਖੱਪ ਜਾਵੇਗਾ, ਥੱਕ ਜਾਵੇਗਾ। ਹਜ਼ੂਰ ਕਹਿੰਦੇ ਨੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣਤ ਨਾ ਆਵੇ ਰਵ ਸੱਸ ਕਿਰਨ। ਸੂਰਜ ਦੀਆਂ ਕਿਰਨਾਂ, ਚੰਦਰਮਾ ਦੀ ਰੌਸ਼ਨੀ, ਭਾਵੇਂ ਕਿ ਉਧਾਰੀ ਲਈ ਗਈ ਹੈ, ਔਰ ਮੋਟਾ ਮੋਟਾ ਇੱਕ ਅੰਦਾਜ਼ਾ ਲਗਾ ਲਿਆ ਗਿਆ ਕਿ ਸੂਰਜ ਦੀਆਂ ਕਿਰਨਾਂ ਨੂੰ ਧਰਤੀ ਦੇ ਉੱਤੇ ਪਹੁੰਚਦਿਆਂ ਇੰਨੇ ਮਿੰਟ ਲੱਗਦੇ ਨੇ। ਸੋਚੋ ਕਿੰਨੀ ਦੂਰ ਹੋਵੇਗਾ ਜਿੱਥੇ ਪਹੁੰਚਦਿਆਂ ਮਿੰਟ ਲੱਗ ਜਾਂਦੇ ਨੇ। ਹਾਲਾਂਕਿ ਰੌਸ਼ਨੀ ਦੀ ਇਸ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਸਪੀਡ, ਸਭ ਤੋਂ ਜ਼ਿਆਦਾ ਸਪੀਡ ਲਾਈਟ ਦੀ ਹੀ ਹੈ ਇਸ ਸੰਸਾਰ ਦੇ ਵਿੱਚ, ਇਹਦੇ ਤੋਂ ਤੇਜ਼ ਕੁਝ ਵੀ ਨਹੀਂ ਹੈ, ਸਭ ਤੋਂ ਤੇਜ਼ ਇਹੋ ਹੀ ਚੱਲਦੀ ਹੈ। ਔਰ ਕੁਝ ਨੈਨੋ ਸੈਕਿੰਡ ਦੇ ਵਿੱਚ ਇਹ ਕਈ ਥਾਵਾਂ ਪਾਰ ਕਰ ਜਾਂਦੀ ਹੈ। ਤੁਸੀਂ ਵੇਖੋ, ਇੱਧਰੋਂ ਬਲਬ ਜਗਾਇਆ, ਸਾਰੇ ਕਮਰੇ 'ਚ ਰੌਸ਼ਨੀ ਹੋ ਗਈ, ਕਿੰਨਾ ਸਮਾਂ ਲੱਗਾ? ਸੈਕਿੰਡ ਤੋਂ ਵੀ ਪਹਿਲਾਂ। ਔਰ ਇਹ ਬੰਦੇ ਦੀ ਬਣਾਈ ਹੋਈ ਰੌਸ਼ਨੀ ਹੈ ਜਿਹੜੀ ਇੰਨੀ ਜਲਦੀ ਪਹੁੰਚ ਜਾਂਦੀ ਹੈ, ਅਤੇ ਜਿਹੜੀ ਮਾਲਕ ਨੇ ਬਣਾਈ ਹੈ, ਜੇ ਉਹਨੂੰ ਪਹੁੰਚਦਿਆਂ 8 ਜਾਂ 9 ਮਿੰਟ ਲੱਗਦੇ ਪਏ ਨੇ, ਕਿੰਨੀ ਦੂਰ ਜਾ ਕੇ ਬੈਠਾ ਹੋਵੇਗਾ ਉਹ? ਔਰ ਥੋੜ੍ਹਾ ਬਹੁਤਾ ਅਸੀਂ ਹਿਸਾਬ ਕਿਤਾਬ ਲਾਇਆ ਵੀ ਮੋਟੇ ਤੌਰ 'ਤੇ ਵੀ ਇੰਨੇ ਕੁ ਕਰੋੜ ਦੂਰ ਨੇ। ਰਵ ਸੱਸ ਕਿਰਨ, ਉਧਰ ਸਾਗਰ ਕੋ, ਸਾਗਰ ਦਾ ਪੇਟ ਕਿੰਨਾ ਗਹਿਰਾ ਹੈ, ਸਾਗਰ ਕਿੰਨਾ ਡੂੰਘਾ ਹੈ, ਕੀ ਹੈ ਸਾਗਰ ਦੇ ਅੰਦਰ? ਗੰਗ ਤਰੰਗ, ਨਦੀ ਦੇ ਵਿੱਚ ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਕਿੰਨੀਆਂ ਤਰੰਗਾਂ ਉੱਠਦੀਆਂ ਨੇ, ਅੰਤ ਕੋ ਪਾਵੇ, ਕੌਣ ਪਾ ਸਕਦਾ ਇਹਨਾਂ ਚੀਜ਼ਾਂ ਦਾ ਅੰਤ? ਪਰ ਉਹਨਾਂ ਨੇ ਨਾਲ ਹੀ ਇੱਕ ਗੱਲ ਕਰ ਦਿੱਤੀ, ਕਹਿੰਦੇ ਰੁਦਰ ਧਿਆਨ, ਹੋ ਸਕਦਾ ਕੱਲ੍ਹ ਨੂੰ ਬੰਦਾ ਏਡਾ ਵੱਡਾ ਧਿਆਨੀ ਹੋ ਜਾਵੇ, ਸ਼ਿਵ ਵਰਗਾ ਧਿਆਨੀ ਹੋ ਜਾਵੇ, ਕਿਉਂਕਿ ਸ਼ਿਵ ਦਾ ਧਿਆਨ ਬੜੇ ਕਮਾਲ ਦਾ ਮੰਨਿਆ ਜਾਂਦਾ, ਸ਼ਿਵ ਦਾ ਧਿਆਨ ਬੜਾ ਵੱਡਾ ਮੰਨਿਆ ਜਾਂਦਾ। ਵੀ ਜਿੱਦਾਂ ਦਾ ਧਿਆਨ ਸ਼ਿਵ ਦਾ ਹੈ, ਪੂਰੀ ਦੁਨੀਆ 'ਚ ਇੱਦਾਂ ਦਾ ਧਿਆਨ ਕਿਸੇ ਦਾ ਨਹੀਂ ਹੈ। ਉਹ ਕਹਿੰਦੇ ਚਲੋ ਜੇ ਇੱਦਾਂ ਹੋ ਜਾਵੇ ਵੀ ਕਿਸੇ ਦੇ ਕੋਲ ਕੱਲ੍ਹ ਨੂੰ ਸ਼ਿਵ ਜੀ ਵਰਗਾ ਧਿਆਨ ਆ ਜਾਵੇ, ਇੰਨਾ ਧਿਆਨੀ ਹੋ ਜਾਵੇ, ਪੋਜ਼ਿਟਿਵ ਪਾਸਾ, ਗਿਆਨ ਸਤਿਗੁਰ ਕਹਿ, ਅਤੇ ਆਪਣੇ ਗੁਰੂ ਦੀ ਮੱਤ ਉਹਦੇ ਕੋਲ ਹੋਵੇ, ਇੰਨੀ ਮੱਤ ਵਾਲਾ ਉਹ ਬੰਦਾ ਹੋ ਜਾਵੇ, ਕਬ ਜਨ ਭਲ ਉਹਨਾਂ ਜੋ ਗਾਵੇ, ਅਤੇ ਕਿਤੇ ਕੱਲ੍ਹ ਨੂੰ ਬੰਦਾ ਇਹ ਕਹਿ ਦੇਵੇ ਵੀ ਮੈਂ ਗਿਣ ਲਈਆਂ ਜੇ ਬਾਰਿਸ਼ ਦੀਆਂ ਕਣੀਆਂ, ਅੱਜ ਨਹੀਂ ਗਿਣੀਆਂ ਜਾ ਰਹੀਆਂ, ਹੋ ਸਕਦਾ ਕੱਲ੍ਹ ਨੂੰ ਗਿਣ ਲਵੇ ਕੋਈ, ਕੱਲ੍ਹ ਨੂੰ ਸਾਡੇ ਕੋਲ ਸਿਸਟਮ ਹੀ ਇੱਦਾਂ ਦੇ ਆ ਜਾਣ ਜਿਹੜੇ ਸਾਡੇ ਸਾਹਮਣੇ ਗਿਣਤੀ ਕਰਕੇ ਰੱਖ ਦੇਣ ਵੀ ਇੰਨੀ ਬਾਰਿਸ਼ ਹੋਈ ਜੀ ਅਤੇ ਇੰਨੀਆਂ ਕਣੀਆਂ ਡਿੱਗੀਆਂ ਜੀ। ਤੁਸੀਂ ਵੇਖੋ ਆ ਜਿਹੜੇ ਵੈਦਰ ਰਿਪੋਰਟ ਵਾਲੇ ਨੇ ਕਿੰਨੇ ਐਕੋਰੇਟ ਹੋਈ ਜਾਂਦੇ ਨੇ ਹੌਲੀ ਹੌਲੀ ਸਮੇਂ ਦੇ ਨਾਲ, 99% ਤਾਂ ਲਗਭਗ ਸਹੀ ਹੋ ਰਹੇ ਨੇ, ਉਹ ਪਹਿਲਾਂ ਦੱਸ ਦਿੰਦੇ ਨੇ ਵੀ ਇੱਦਾਂ ਵਾਪਰੇਗਾ ਔਰ ਵਾਪਰ ਵੀ ਜਾਂਦਾ ਹੈ। ਫਿਰ ਜਿਹੜਾ 1% ਰਹਿ ਗਿਆ ਉਹ ਤਾਂ ਹਰ ਇੱਕ ਥਾਂ ਦੇ ਉੱਤੇ ਲਾਗੂ ਹੁੰਦਾ ਹੈ, ਪਰ ਹੌਲੀ ਹੌਲੀ ਸਮੇਂ ਦੇ ਨਾਲ ਐਕੋਰੇਸੀ ਆਈ ਜਾਂਦੀ ਸਾਰਿਆਂ ਦੇ ਕੋਲ, ਸਾਰੇ ਠੀਕ ਹੋਈ ਜਾਂਦੇ ਨੇ, ਸਾਰੇ ਆਪਣੇ ਆਪ ਸੈੱਟ ਕਰੀ ਜਾ ਰਹੇ ਨੇ। ਇੱਕ ਚੀਜ਼ ਵੇਖਿਓ, ਰੁਦਰ ਧਿਆਨ ਗਿਆਨ ਸਤਿਗੁਰ ਕਹਿ ਕਬ ਜਨ ਭਲ ਉਹਨਾਂ ਜੋ ਗਾਵੇ, ਕੋਈ ਏਡਾ ਵੱਡਾ ਗਿਆਨੀ ਹੋ ਜਾਵੇ, ਏਡਾ ਵੱਡਾ ਸਮਝਦਾਰ ਹੋ ਜਾਵੇ ਵੀ ਜੇ ਇਹਨਾਂ ਬਨਸਪਤੀ ਦੇ ਫੁੱਲਾਂ ਨੂੰ ਗਿਣ ਲਵੇ, ਘਾਹ ਦੇ ਤਿਣਕਿਆਂ ਨੂੰ ਗਿਣ ਲਵੇ, ਪਾਣੀ ਨੂੰ ਮਿਣ ਲਵੇ, ਬਾਰਿਸ਼ ਦੀਆਂ ਬੂੰਦਾਂ ਨੂੰ ਗਿਣ ਲਵੇ, ਜੇ ਕੋਈ ਏਡਾ ਧਿਆਨੀ ਹੋ ਜਾਵੇ। ਪਰ ਨਾਲ ਹੀ ਅੱਗੇ ਕਹਿੰਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਪਰ ਗੁਰੂ ਅਮਰਦਾਸ ਸਾਹਿਬ ਤੂੰ ਇੱਦਾਂ ਦਾ ਵੀ ਤੈਨੂੰ ਤਾਂ ਵੀ ਨਹੀਂ ਕੁਝ ਗਿਣਿਆ ਜਾ ਸਕਦਾ, ਤੇਰੇ ਲਈ ਤਾਂ ਵੀ ਬਸ ਇਹੀ ਕਵਾਂਗੇ ਜਿੱਦਾਂ ਦਾ ਤੂੰ ਹੈ ਬਸ ਤੂੰ ਉਦਾਂ ਦਾ ਹੀ ਹੈ। ਉੱਥੇ ਸਰੀਰ ਨੂੰ ਥੋੜ੍ਹਾ ਕਿਹਾ, ਉਸ ਸਰੀਰ ਦੇ ਵਿੱਚ ਜਿਹੜੀ ਜੋਤ ਹੈ ਉਹਦੇ ਲਈ ਇਹ ਸ਼ਬਦ ਹੈ ਵੀ ਜਿੱਦਾਂ ਦਾ ਤੂੰ ਹੈ ਬਸ ਤੂੰ ਹੀ ਹੈ। ਇਹਦੇ ਲਈ ਮੈਂ ਕੀ ਕਹਿ ਦੇਵਾਂ ਵੀ ਤੂੰ ਬੂੰਦਾਂ ਵਰਗਾ ਹੈ, ਤੂੰ ਕਮਲ ਦੇ ਫੁੱਲਾਂ ਵਰਗਾ ਹੈ, ਤੂੰ ਬਨਸਪਤੀ ਵਰਗਾ ਹੈ? ਨਹੀਂ, ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀਜੈ। ਅਤੇ ਜੇ ਮੈਂ ਤੇਰੇ ਲਈ ਇਹ ਉਦਾਹਰਨਾਂ ਲੱਭਣ ਤੁਰ ਪਿਆ ਨਾ ਵੀ ਗੁਰੂ ਅਮਰਦਾਸ ਸਾਹਿਬ ਤੂੰ ਇੱਦਾਂ ਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਸੀਂ ਇੱਦਾਂ ਦੇ ਜੇ,
ਫਸ ਜਾਵਾਂਗੇ। ਔਰ ਵਾਕਿਆ ਹੀ ਗੱਲ ਸੱਚ ਹੈ, ਇਸ ਪਾਸੇ ਤੋਂ ਗੁਰੂ ਨਾਨਕ ਨੂੰ ਸਮਝਾਂਗੇ ਤਾਂ ਗੁਰੂ ਨਾਨਕ ਸਿਰਫ ਦਿਮਾਗ ਦੇ ਨਾਲ ਹੀ ਖੇਡਦਾ ਹੈ, ਫਿਰ ਦਿਲ ਨਾਲ ਨਹੀਂ ਖੇਡਦਾ। ਔਰ ਜਿੱਦਣ ਉਹ ਦਿਲ ਦੇ ਨਾਲ ਖੇਡਦਾ ਹੈ ਫਿਰ ਭਾਈ ਨੰਦ ਲਾਲ ਵਰਗੇ ਕਹਿ ਦਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਤੋਂ ਪਹਿਲਾਂ ਹੀ ਸਾਰੀਆਂ ਥਾਵਾਂ 'ਤੇ ਪਹੁੰਚਾਉਂਦਾ, ਮੈਂ ਕਿੱਥੇ ਜਾਵਾਂ। ਦਿਲ ਦੇ ਨਾਲ ਤਾਂ ਖੇਡੇ। ਔਰ ਹਜ਼ੂਰ ਕਹਿੰਦੇ ਨੇ ਉਹਦੇ ਲਈ ਤੁਸੀਂ ਕੀ ਕਹਿ ਦੇਵੋਗੇ ਕਦੀ ਇਸ ਪਾਸੇ ਤੋਂ ਕਿਤੇ ਜਪਜੀ ਸਾਹਿਬ ਨਿਗਾਹ ਦੇ ਵਿੱਚ ਆ। ਔਰ ਮੈਂ ਇਮਾਨਦਾਰੀ ਦੇ ਨਾਲ ਕਹਿ ਦੇਵਾਂ ਵੀ ਤੁਸੀਂ ਸੁਣਦੇ ਪਏ ਜੇ, ਰਿਕਾਰਡਿੰਗ ਚੱਲਦੀ ਪਈ ਹੈ, ਇਸ ਪੌੜੀ ਦੀ ਜਦੋਂ ਮੈਂ ਵਿਆਖਿਆ ਪੜ੍ਹਦਾ ਪਿਆ ਸੀ ਨਾ, ਮੈਂ ਸਾਰਾ ਕੁਝ ਹੀ ਹੋਰ ਸੋਚ ਕੇ ਬੈਠਾ ਸੀ। ਸ਼ਾਇਦ ਅੱਜ ਨਾਮ ਹੀ ਖਤਮ ਹੋ ਗਏ, ਅਸੀਂ ਕੱਲ੍ਹ ਵੀ ਕਰ ਲਵਾਂਗੇ ਇਹਨੂੰ। ਗੁਰੂ ਨਾਨਕ ਸਾਹਿਬ ਦੀ ਕਿਰਪਾ, ਮੈਂ ਤਾਬਿਆ ਬੈਠਾ ਸੀ, ਮੇਰਾ ਸਾਰਾ ਹੀ ਖਿਆਲ ਬਦਲ ਗਿਆ, ਔਰ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਯਾਦ ਹੈ, ਮੈਂ 2006 ਤੋਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਹੈ। ਹੰਕਾਰ ਨਹੀਂ, ਅਸੀਂ ਤੁਰੇ ਹੀ ਇਸ ਪਾਸੇ ਉਦੋਂ ਸੀ, ਸਾਨੂੰ ਸਮਝ ਹੀ ਕਿਸੇ ਨੇ ਦੱਸੀ ਸੀ ਵੀ ਇਹਨੂੰ ਵੀ ਪੜ੍ਹ ਲੈਣਾ ਚਾਹੀਦਾ। ਅਤੇ ਜੇ ਹੁਣ ਦੇ ਹਿਸਾਬ ਦੇ ਨਾਲ ਲਈਏ ਤਾਂ ਲਗਭਗ 13-14 ਸਾਲ ਬਣ ਜਾਂਦੇ ਨੇ। ਆ 13-14 ਸਾਲਾਂ ਦਾ ਪੜ੍ਹਿਆ ਅੱਧੇ ਘੰਟੇ ਪਹਿਲਾਂ ਸਮਝ ਆਇਆ ਵੀ ਆਹ ਗੱਲ ਇੱਦਾਂ ਕਹੀ ਜਾ ਰਹੀ। ਔਰ ਮੈਂ ਨਹੀਂ ਕਹਿ ਰਿਹਾ ਕਿ ਇਹ ਐਂਡ ਹੈ, ਹੋ ਸਕਦਾ ਤੁਹਾਡੀ ਸਮਝ ਕਿਤੇ ਇਹਦੇ ਤੋਂ ਵੀ ਉੱਚੀ ਬੈਠੀ ਹੋਵੇ। ਮਾਲਕ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਵੀ ਜਾ ਇਹਨਾਂ ਦੇ ਵਿੱਚ ਬਹਿ ਕੇ ਬੋਲ ਦੇ, ਤੁਹਾਡੀ ਸਮਝ ਇਹਦੇ ਤੋਂ ਵੀ ਉੱਚੀ ਹੋ ਸਕਦੀ ਹੈ। ਔਰ ਸਤਿਗੁਰੂ ਕਹਿੰਦੇ ਕੁਦਰਤ ਤਾਂ ਤੁਸੀਂ ਕਹਿ ਦਿਓਗੇ ਕਿ ਅਸੀਮ ਹੈ, ਰੱਬ ਨੂੰ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਅਸੀਮ ਹੈ, ਉਹਦੇ ਲਈ ਤਾਂ ਅਸੀਮ ਸ਼ਬਦ ਵੀ ਛੋਟਾ ਹੈ, ਭਾਰ ਹੋ ਜਾਵੇਗਾ ਤੁਹਾਡੇ ਸਿਰ ਦੇ ਉੱਤੇ। ਅਸੰਖ ਕਹੇ ਸਿਰ ਭਾਰ ਹੋਏ, ਅਤੇ ਫਿਰ ਗੁਰੂ ਨਾਨਕ ਸਾਹਿਬ ਨੇ ਨਾ ਹੁਣ ਸੰਬੰਧ ਬਦਲ ਲਿਆ, ਇੱਥੋਂ ਫਿਰ ਇੱਕ ਨਵਾਂ ਵਿਸ਼ਾ ਸ਼ੁਰੂ ਹੋ ਗਿਆ। ਕਈ ਫਿਰ ਕਹਿਣਗੇ ਵੀ ਜੇ ਅਸੀਂ ਰੱਬ ਦੀ ਉਸਤਤ ਕਰ ਹੀ ਨਹੀਂ ਸਕਦੇ ਤਾਂ ਛੱਡੋ ਪਰਾਂ, ਫਿਰ ਕਾਹਦੇ ਲਈ ਬੋਲਣਾ ਹੈ ਉਹਦੇ ਬਾਰੇ। ਜੇ ਰੱਬ ਦੇ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਤਾਂ ਫਿਰ ਕਾਹਦੇ ਲਈ ਕਹਿਣਾ ਹੈ। ਸਤਿਗੁਰੂ ਕਹਿੰਦੇ ਸਾਡੇ ਕੋਲ ਹੈ ਵੀ ਤਾਂ ਉਹਦੇ ਬੋਲਣ ਦੇ ਲਈ ਜਾਂ ਉਹਦੇ ਅੱਗੇ ਰੱਖਣ ਲਈ ਅੱਖਰ ਹੀ ਨੇ, ਇਹਦੇ ਤੋਂ ਵੱਧ ਸਾਡੇ ਕੋਲ ਹੈ ਵੀ ਕੀ ਹੈ ਉਹਦੇ ਅੱਗੇ ਰੱਖਣ ਦੇ ਲਈ? ਅੱਖਰਾਂ ਤੋਂ ਬਿਨਾਂ ਉਹਦੇ ਨਾਲ ਅਸੀਂ ਸੰਬੰਧ ਵੀ ਕੀ ਜੋੜ ਲਵਾਂਗੇ? ਹੁਣ ਆਪਣੇ ਆਪ ਕਲੀਅਰ ਹੋ ਜਾਣੀ ਮੂਰਤੀ ਪੂਜਾ, ਆਪਣੇ ਆਪ ਦੀ ਕਲੀਅਰ ਹੋ ਜਾਣੀ ਵੀ ਗੁਰੂ ਨਾਨਕ ਦੀ ਫੋਟੋ ਚੰਗੀ ਹੈ ਕਿ ਗੁਰੂ ਨਾਨਕ ਦਾ ਸ਼ਬਦ ਚੰਗਾ ਹੈ, ਆਪਣੇ ਆਪ ਦੀ ਕਲੀਅਰ ਹੋ ਜਾਣਾ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੰਗਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫੋਟੋ ਹੀ ਲਾ ਲੈਣੀ ਸਰ ਜਾਣਾ ਹੈ ਕੰਮ, ਇੱਥੇ ਗੱਲ ਕਲੀਅਰ ਹੋ ਜਾਵੇਗੀ। ਰੱਬ ਦੇ ਲਈ ਅਸੰਖ ਸ਼ਬਦ ਵੀ ਭਾਰ ਹੈ, ਉਹਦੇ ਲਈ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਰੱਬ ਅਸੰਖ ਹੈ। ਔਰ ਮੈਂ ਇਹ ਵੀ ਬੇਨਤੀ ਕਰ ਦੇਵਾਂ, ਕਈ ਕਹਿੰਦੇ ਨੇ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਰੱਬ ਦਾ ਨਾਂ ਰੱਬ ਹੈ? ਸਵਾਲ ਹੈ, ਜਾਇਜ਼ ਹੈ ਸਵਾਲ, ਸਵਾਲ ਗਲਤ ਨਹੀਂ ਹੈ ਉਹਨਾਂ ਦਾ। ਔਰ ਧਾਰਮਿਕ ਬੰਦੇ ਅਕਸਰ ਖੱਪ ਕੇ ਜਵਾਬ ਦੇ ਦਿੰਦੇ ਨੇ ਫਲਾਣ ਇੱਦਾਂ ਢੀਂਗ ਇੱਦਾਂ, ਇਹ ਬਸ ਇੱਦਾਂ ਦੀ ਗੱਲ ਹੈ, ਨਾਮ ਪਹਿਲਾਂ ਹੈ, ਉਹ ਪਹਿਲਾਂ ਹੀ ਹੈ, ਬਸ ਬੰਦੇ ਨੇ ਆਪਣੀ ਸਹੂਲਤ ਲਈ ਰੱਖਿਆ ਹੈ। ਬੱਚੇ ਦਾ ਕੋਈ ਵੀ ਨਾਮ ਨਾ ਰੱਖੋ ਤਾਂ ਕੀ ਬੱਚਾ ਵੱਡਾ ਨਹੀਂ ਹੋਵੇਗਾ? ਉਹ ਤਾਂ ਫਿਰ ਵੀ ਵੱਡਾ ਹੋ ਜਾਵੇਗਾ। ਬੱਚੇ ਦਾ ਨਾਂ ਕਿਤੇ ਰਜਿਸਟਰ ਨਾ ਕਰਾਈਏ ਅਸੀਂ, ਉਹਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਨਾ ਕੋਈ ਦਾ ਸਰਟੀਫਿਕੇਟ ਬਣੇ, ਆ ਪਹਿਲਾਂ ਕਿੱਥੇ ਬਣਦੇ ਹੁੰਦੇ ਸੀ? ਅਤੇ ਕੀ ਉਹ ਬੰਦੇ ਜੀ ਕੇ ਨਹੀਂ ਗਏ ਇਸ ਦੁਨੀਆਂ ਦੇ ਵਿੱਚ? ਰੱਬ ਦਾ ਨਾਂ ਰੱਬ ਨਾ ਰੱਖਾਂਗੇ, ਅੱਲਾ ਨਾ ਰੱਖਾਂਗੇ, ਗੋਡ ਨਾ ਰੱਖਾਂਗੇ, ਕੁਝ ਵੀ ਨਾ ਰੱਖਾਂਗੇ ਅਤੇ ਕੀ ਰੱਬ ਹੋਵੇਗਾ ਨਹੀਂ? ਪਿਤਾ ਨੂੰ ਕਿਹਨੇ ਕਹਿ ਦਿੱਤਾ ਵੀ ਇਹਨੂੰ ਪਿਤਾ ਹੀ ਕਹਿਣਾ ਚਾਹੀਦਾ ਹੈ? ਮਾਤਾ ਨੂੰ ਕਿਹਨੇ ਕਹਿ ਦਿੱਤਾ ਵੀ ਇਹਨੂੰ ਮਾਤਾ ਹੀ ਕਹਿਣਾ ਚਾਹੀਦਾ? ਭਰਾ ਨੂੰ ਕੋਈ ਪੁੱਛ ਲਵੇ ਵੀ ਹਾਂ ਕੌਣ ਹੈ, ਇਹ ਮੈਂ ਭਰਾ ਹਾਂ, ਤੈਨੂੰ ਕਿਹਨੇ ਕਹਿ ਦਿੱਤਾ ਵੀ ਤੂੰ ਭਰਾ ਹੈ? ਔਰ ਤੈਨੂੰ ਕਿੱਦਾਂ ਪਤਾ ਵੀ ਤੂੰ ਭਰਾ ਹੀ ਹੈ, ਤੂੰ ਹੋਰ ਕੁਝ ਕਿਉਂ ਨਹੀਂ ਹੈ? ਕੀ ਜਵਾਬ ਹੈ ਕਿਸੇ ਦੇ ਕੋਲ? ਕੁਝ ਵੀ ਨਹੀਂ ਹੈ ਜਵਾਬ। ਸਤਿਗੁਰੂ ਕਹਿੰਦੇ ਨੇ ਜਿੰਨੇ ਵੀ ਸ਼ਬਦ ਅਸੀਂ ਉਹਦੇ ਲਈ ਬਣਾ ਦਿੱਤੇ ਨੇ, ਇਹ ਜਿੰਨੇ ਵੀ ਸ਼ਬਦ ਨਿਕਲਣਗੇ ਨਾ, ਇਹ ਸਾਡੀ ਇਸ ਬੁੱਧੀ ਦੇ ਵਿੱਚੋਂ ਨਿਕਲਣਗੇ। ਔਰ ਜਿੰਨੀ ਬੁੱਧੀ ਹੈ ਨਾ ਇਹ ਸਾਰੀ, ਇਹ ਇਸ ਚੱਕਰ ਤੋਂ ਬਾਹਰ ਸੋਚ ਹੀ ਨਹੀਂ ਸਕਦੀ। ਔਰ ਜਿਹੜੀ ਚੀਜ਼ ਇਸ ਚੱਕਰ ਦੇ ਵਿੱਚ, ਸਾਡੀ ਸੋਚ ਵੀ ਇਸ ਚੱਕਰ ਦੇ ਵਿੱਚ,
ਤ੍ਰੈ ਗੁਣਾਂ ਦੇ ਵਿੱਚ ਹੀ ਹੈ। ਔਰ ਜਿਹੜੀ ਸੋਚ ਇਸ ਤ੍ਰੈ ਗੁਣ ਦੇ ਵਿੱਚ ਹੈ ਉਹ ਚੌਥੇ ਪਦ ਵਾਲੇ ਨੂੰ ਕਿੱਦਾਂ ਸਮਝ ਸਕਦੀ ਹੈ। ਇਸ ਕਰਕੇ ਉਹਦੇ ਬਾਰੇ ਜਦੋਂ ਉਹ ਗੱਲ ਕਰਦੀ ਹੈ, ਆ ਪਿੱਛੇ ਜੇ ਤਾਂ ਇੱਕ ਨੇ ਹੋਰ ਕਮਾਲ ਕਰ ਦਿੱਤੀ ਸੀ, ਕਹਿੰਦਾ ਰੱਬ ਬੰਦਾ ਕਿ ਬੁੱਢੀ ਹੈ। ਵੀ ਸੋਚੋ ਵੀ ਜੇ ਰੱਬ ਬੁੱਢੀ ਹੋਵੇ ਤਾਂ ਬੰਦਾ ਕਿੱਦਾਂ ਪੈਦਾ ਕਰ ਦਿੰਦਾ, ਅਤੇ ਜੇ ਬੰਦਾ ਹੋਵੇ ਤਾਂ ਰੱਬ ਨੇ ਬੁੱਢੀਆਂ ਕਿੱਦਾਂ ਪੈਦਾ ਕਰ ਦਿੱਤੀਆਂ। ਉਹਦੀ ਸੋਚ ਹੀ ਹੈ ਵੀ ਰੱਬ ਜਾਂ ਤਾਂ ਬੰਦਾ ਹੋਵੇਗਾ ਜਾਂ ਬੁੱਢੀ ਹੋਵੇਗਾ, ਉਹਦੇ ਲਈ ਹੋਰ ਕੀ ਹੈ, ਉਹਦੀ ਸਮਝ ਹੀ ਇੱਥੋਂ ਤੱਕ ਹੈ। ਅਤੇ ਜੇ ਭਲਾ ਰੱਬ ਬੰਦਾ ਅਤੇ ਬੁੱਢੀ ਹੋਵੇ ਤਾਂ ਜਾਨਵਰ ਵਿਚਾਰਾ ਕਿੱਦਾਂ ਪੈਦਾ ਕਰ ਦੇਵੇ ਰੱਬ ਫਿਰ। ਔਰ ਤੁਸੀਂ ਹੱਸੋਗੇ ਉਹਨਾਂ ਲੋਕਾਂ ਦੀਆਂ ਗੱਲਾਂ ਦੇ ਉੱਤੇ ਵੀ ਕਿੱਦਾਂ ਦੀਆਂ ਦਲੀਲਾਂ, ਬਿਲਕੁਲ ਬੇਵਜ੍ਹਾ ਗੱਲਾਂ, ਸਮਝ ਤੋਂ ਨਹੀਂ, ਬਸ ਇੱਦਾਂ ਹੀ ਕੱਢ ਕੇ ਗੱਲ ਮਾਰਤੀ, ਬਸ ਸਮਝ ਹੀ ਨਹੀਂ ਆ ਵੀ ਕਿਹੜੀ ਗੱਲ ਕਰਦੇ ਪਏ ਕਿਹੜੀ ਨਹੀਂ ਕਰਦੇ। ਅਸੰਖ ਕਹੇ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ। ਸਾਡੇ ਕੋਲ ਸਤਿਗੁਰੂ ਕਹਿੰਦੇ ਨੇ ਠੀਕ ਹੈ ਕਿ ਇੱਕ ਵੀ ਅੱਖਰ ਉਹਦੇ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਅੱਖਰ ਸੀਮਤ ਹੈ, ਮਾਲਕ ਅਸੀਮਤ, ਅੱਖਰੀ ਨਾਮ। ਪਰ ਫਿਰ ਵੀ ਉਹਦਾ ਜਦੋਂ ਨਾਮ ਜਪਾਂਗੇ ਤਾਂ ਅਸੀਂ ਅੱਖਰਾਂ ਦੇ ਵਿੱਚ ਹੀ ਜਪਾਂਗੇ, ਇਹਦੇ ਤੋਂ ਵੱਧ ਹੈ ਕੀ ਹੈ ਸਾਡੇ ਕੋਲ। ਮਾਂ ਆਪਣੇ ਬੱਚੇ ਨੂੰ ਕਵੇ ਮੈਂ ਤੈਨੂੰ ਪਿਆਰ ਕਰਦੀ ਹਾਂ, ਤਾਂ ਬੱਚਾ ਪੁੱਛੇ ਕਿੰਨਾ ਪਿਆਰ ਕਰਦੀ ਹੈ, ਅਤੇ ਮਾਂ ਦੇ ਕੋਲ ਕੀ ਜਵਾਬ ਹੈ, ਬੜਾ ਪਿਆਰ ਕਰਦੀ ਹੈ। ਨਹੀਂ, ਚੰਗੀ ਤਰ੍ਹਾਂ ਦੱਸ ਨਾ ਕਿੰਨਾ ਪਿਆਰ ਕਰਦੀ ਹਾਂ, ਤੈਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਨਹੀਂ, ਅਜੇ ਵੀ ਮੈਨੂੰ ਇੱਦਾਂ ਨਹੀਂ ਪਤਾ ਲੱਗਦਾ, ਚੰਗੀ ਤਰ੍ਹਾਂ ਦੱਸ ਕੀ ਹੈ ਮਾਂ ਦੇ ਕੋਲ ਇਹਦੇ ਉੱਤੇ। ਕੁਝ ਵੀ ਨਹੀਂ ਹੈ, ਕੋਈ ਇਹ ਤੋਂ ਉੱਤੇ ਵਰਡ ਹੋਵੇ। ਮੈਂ ਬੜੀ ਵਾਰ ਜਦੋਂ ਇਸ ਵਿਸ਼ੇ ਦੇ ਨਾਲ ਗੱਲ ਕਰਦਾ ਹੁੰਦਾ ਤਾਂ ਸਾਡੇ ਨਾ ਪੜ੍ਹਾਈਆਂ ਦੇ ਵਿੱਚ ਇਹ ਦੱਸਿਆ ਜਾਂਦਾ ਹੁੰਦਾ ਵੀ ਡਿਗਰੀਜ਼ ਜਿਹਨੂੰ ਕਿਹਾ ਜਾਂਦਾ, ਵੀ ਇੱਕ ਥੋੜ੍ਹਾ ਜਿਹਾ ਘੱਟ, ਇੱਕ ਉਹਦੇ ਤੋਂ ਵੱਧ, ਇੱਕ ਉਹਦੇ ਤੋਂ ਵੱਧ, ਬਸ ਜਿੱਦਾਂ ਹਾਈ ਹਾਇਰ ਅਤੇ ਹਾਈਐਸਟ, ਬਸ ਇਹੋ ਹੀ ਹੈ। ਇਹ ਤਿੰਨ ਕਿ ਇਹਨਾਂ ਦੇ ਵਿੱਚ ਨੇ, ਥੋੜ੍ਹਾ ਬਹੁਤਾ ਕਿਤੇ ਇੱਕ ਦੋ ਵਰਡ ਅੱਗੇ ਚੱਲ ਜਾਂਦੇ ਨੇ, ਸਾਰੇ ਅੱਖਰਾਂ ਦੇ ਵਿੱਚ ਉਹ ਵੀ ਨਿਯਮ ਲਾਗੂ ਨਹੀਂ ਹੁੰਦਾ। ਸਾਡੀ ਬੋਲੀ ਦੇ ਵਿੱਚ ਵੀ ਇੱਦਾਂ ਹੀ ਹੈ, ਅਸੀਂ ਕਹਿੰਦੇ ਹਾਂ ਉੱਚਾ, ਥੋੜ੍ਹਾ ਜਿਹਾ ਹੋਰ ਉੱਚਾ, ਅਤੇ ਬਸ ਸਭ ਤੋਂ ਉੱਚਾ, ਬਸ ਇਹੋ ਹੀ ਕੁਝ ਹੈ, ਹੋਰ ਕੀ ਹੈ ਸਾਡੇ ਕੋਲ। ਅੱਖਰ ਸੀਮਤ ਨੇ, ਪਰ ਹਰ ਇੱਕ ਚੀਜ਼ ਨੂੰ ਉਹਦੇ ਲੈਵਲ ਦੇ ਉੱਤੇ ਦੱਸਣਾ, ਹਰ ਇੱਕ ਡਿਗਰੀ ਦੇ ਵਿੱਚ ਫਰਕ ਹੈ। ਜਿੰਨਾ ਪਾਣੀ ਇੱਕ ਸੈਕਿੰਡ ਪਹਿਲਾਂ ਗਰਮ ਸੀ, ਅਗਲੇ ਸੈਕਿੰਡ ਦੇ ਵਿੱਚ ਉਹਦੇ ਤੋਂ ਵੀ ਗਰਮ ਹੋ ਗਿਆ ਹੈ, ਉਹਦੇ ਤੋਂ ਅਗਲੇ ਸੈਕਿੰਡ ਦੇ ਵਿੱਚ ਉਹਦੇ ਤੋਂ ਵੀ ਗਰਮ ਹੋ ਗਿਆ, ਉਹ ਪਰ ਸੈਕਿੰਡ ਦੇ ਵਿੱਚ ਵੀ ਜਿਹੜਾ ਸਮਾਂ ਆਉਣ ਡਿਆ ਉਹ 'ਚ ਵੀ ਗਰਮ ਹੋ ਰਿਹਾ, ਪਰ ਸਾਡੇ ਕੋਲ ਕੀ ਸ਼ਬਦ ਹੈ, ਅਸੀਂ ਡਿਗਰੀ ਰੱਖ ਲਈ ਉਹਦੇ ਲਈ ਵੀ ਹੁਣ ਇੰਨਾ ਗਰਮ ਹੋ ਗਿਆ। ਸਤਿਗੁਰੂ ਕਹਿੰਦੇ ਨੇ ਅੱਖਰ ਸੀਮਤ ਨੇ, ਮਤਾ ਕਿਤੇ ਸੋਚੀਓ ਵੀ ਅੱਖਰ ਅਸੀਮ ਨੇ, ਸ਼ਬਦ ਅਸੀਮ ਹੈ, ਅੱਖਰ ਅਸੀਮ ਨਹੀਂ ਨੇ। ਪਰ ਸ਼ਬਦ ਨੂੰ ਸਮਝਣ ਦੇ ਲਈ ਸਾਡੇ ਕੋਲ ਕੀ ਰਹਿ ਗਿਆ, ਅੱਖਰ। ਸਰੀਰ ਦੇ ਵਿੱਚ ਜੋਤ ਅਸੀਮ ਹੈ, ਪਰ ਜੋਤ ਦੇ ਬਾਰੇ ਪਤਾ ਵੀ ਤਾਂ ਸਰੀਰ ਤੋਂ ਹੀ ਲੱਗਣਾ ਹੈ, ਇਸ ਕਰਕੇ ਸਰੀਰ ਸੀਮਤ ਹੈ, ਸਰੀਰ ਦੀ ਜੋਤ ਅਸੀਮਤ ਹੈ। ਪਰ ਇਸ ਜੋਤ ਦਾ ਮੁੱਲ ਵੀ ਤਾਂ ਪਤਾ ਲੱਗਦਾ ਜੇ ਸਰੀਰ ਹੋਵੇ, ਤਾਂ ਜੇ ਨਹੀਂ ਸਰੀਰ ਤਾਂ ਜੋਤ ਦਾ ਕਾਹਦਾ ਮੁੱਲ, ਫਿਰ ਤਾਂ ਵੱਖਰੀ ਤੁਰੀ ਫਿਰੇ ਨਾ। ਸ਼ਬਦ ਅਸੀਮ ਹੈ, ਪਰ ਸ਼ਬਦ ਦੀ ਸਮਝ ਕਿੱਥੋਂ ਲੱਗੇਗੀ, ਜਦੋਂ ਸ਼ਬਦ ਅੱਖਰਾਂ ਦੇ ਵਿੱਚ ਆ ਜਾਂਦਾ। ਦਾਤਾਰ ਕਹਿ ਰਹੇ ਨੇ ਅੱਖਰੀ ਨਾਮ, ਸਾਡੇ ਕੋਲ ਨਾਮ ਨੂੰ ਕਹਿਣ ਦੇ ਲਈ ਅੱਖਰ ਹੀ ਤਾਂ ਹੈ ਨੇ, ਇਹਦੇ ਤੋਂ ਵੱਧ ਅਸੀਂ ਕੀ ਕਹਿ ਸਕਦੇ ਹਾਂ ਉਹਨੂੰ। ਅੱਖਰੀ ਸਲਾਹ, ਅੱਖਰਾਂ ਦੇ ਨਾਲ ਹੀ ਉਹਨੂੰ ਸਲਾਹਿਆ ਜਾ ਸਕਦਾ ਹੈ, ਅੱਖਰਾਂ ਤੋਂ ਉੱਤੇ ਕੋਈ ਸਿਫਤ ਨਹੀਂ ਹੈ। ਕੋਈ ਵੀ ਚੀਜ਼ ਮਾਲਕ ਦੇ ਨੇੜੇ ਨਹੀਂ ਹੈ ਜਿੰਨੀ ਨੇੜੇ ਸ਼ਬਦ ਹੈ। ਔਰ ਮੈਂ ਬੇਨਤੀ ਕਰਦੇ ਹਾਂ, ਇਸੇ ਕਰਕੇ ਬਾਬਾ ਕਹਿ ਰਿਹਾ ਹੈ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਓ, ਇਹਨੂੰ ਪੜ੍ਹ ਲਓ, ਇਹਨੂੰ ਸੁਣ ਲਓ, ਇਹਨੂੰ ਸਮਝ ਲਓ, ਇਹ ਬਾਣੀ ਜੋ ਜਿਉਂ ਜਾਣੇ ਅਤੇ ਇਸ ਅੰਤਰ ਰਵੇ ਹਰ ਨਾਮਾ, ਇਹ ਅੱਖਰ ਉੱਥੋਂ ਨਿਕਲੇ ਹੋਏ ਨੇ। ਨਹੀਂ ਤਾਂ ਸਤਿਗੁਰੂ ਨੂੰ ਕਿੱਡਾ ਸੌਖਾ ਕੰਮ ਨਹੀਂ ਸੀ ਲੱਗਦਾ ਵੀ ਲਿਆ ਦੁੱਧ ਚੜ੍ਹਾ ਦੇ ਤੇਰਾ ਨਾਮ ਬੋਲ ਦਾਂਗੇ ਤਾਂ ਗੱਲ ਖਤਮ, ਤੂੰ ਰੱਬ ਆਪਣੇ ਘਰ ਖੁਸ਼ੀ, ਰੱਬ ਆਪਣੇ ਘਰ ਦੇ ਵਿੱਚ ਖੁਸ਼ੀ, ਕਿੱਡੀ ਕਮਾਲ ਦੀ ਚੀਜ਼ ਹੈ ਨਾ। ਦਾਤਾਰ ਕਹਿੰਦੇ ਇੱਦਾਂ ਖਲਾਸੀ ਨਹੀਂ ਹੋਵੇਗੀ, ਹੈ ਅਸੰਖ ਪਰ ਸਾਡੇ ਕੋਲ ਹੈ ਵੀ ਤਾਂ ਅੱਖਰ ਨੇ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ।
ਅੱਖਰਾਂ ਦੇ ਨਾਲ ਹੀ ਤਾਂ ਉਹਦਾ ਗਿਆਨ ਪ੍ਰਾਪਤ ਹੋ ਸਕਦਾ। ਇੱਕ ਬੇਨਤੀ ਕਰ ਦੇਵਾਂ, ਤੁਹਾਡੇ ਅੰਦਰ ਕਿਸੇ ਨੂੰ ਗੱਲ ਸਮਝਾਉਣ ਦੇ ਲਈ ਜਾਂ ਜੋ ਗੱਲ ਤੁਹਾਨੂੰ ਸਮਝ ਆ ਗਈ ਹੈ ਉਹਦਾ ਤੁਹਾਡੇ ਦਿਮਾਗ ਦੇ ਵਿੱਚ ਐਡਾ ਵੱਡਾ ਢੇਰ ਲੱਗਾ ਹੋਵੇ ਵੀ ਹਾਂ ਮੈਨੂੰ ਇੰਨੀ ਗੱਲ ਪਤਾ ਹੈ, ਪਰ ਉਸ ਗੱਲ ਨੂੰ ਬਾਹਰ ਕੱਢਣ ਦੇ ਲਈ ਤੁਹਾਡੇ ਕੋਲ ਭਾਸ਼ਾ ਹੀ ਨਾ ਹੋਵੇ, ਕਿੰਨੀ ਵੱਡੀ ਦਿੱਕਤ ਹੈ। ਸਾਡੇ ਸਾਹਮਣੇ ਬੈਠੇ ਹੁਣ ਸਾਰੇ ਅੰਗਰੇਜ਼ ਅਤੇ ਅੰਗਰੇਜ਼ੀ ਆਉਂਦੀ ਨਾ ਹੋਵੇ, ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਡੱਲ ਬੈਠੇ ਹਾਂ, ਯਾਦ ਤਾਂ ਸਾਨੂੰ ਬੜਾ ਕੁਝ ਹੈ ਪਰ ਉਹਨਾਂ ਨੂੰ ਨਹੀਂ ਦੱਸ ਸਕਦੇ, ਫਿਰ ਅਸੀਂ ਬਣਾਵਾਂਗੇ ਨਾ ਆਪਣੇ ਕੋਲ ਮਾੜੀ ਮੋਟੀ। ਬਸ ਇੱਦਾਂ ਦੀ ਗੱਲ ਹੈ, ਅਸੀਮਤ ਗਿਆਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ, ਮਾਲਕ ਦੇ ਬਾਰੇ, ਕਿਸੇ ਵੀ ਧਾਰਮਿਕ ਬੰਦੇ ਦੇ ਕੋਲ ਰੱਬ ਦੇ ਬਾਰੇ ਅਸੀਮਤ ਗਿਆਨ ਹੈ। ਪਰ ਮਜਬੂਰੀ ਇਹ ਹੈ ਅੱਖਰ ਸੀਮਤ ਨੇ, ਉਹ ਸਾਰਾ ਗਿਆਨ ਉਹਨਾਂ 35 ਅੱਖਰਾਂ ਦੇ ਵਿੱਚੋਂ ਹੀ ਲੰਘਾਉਣਾ ਪਵੇਗਾ, ਉਹ ਸਾਰਾ ਗਿਆਨ ਉਹਨਾਂ 52 ਅੱਖਰਾਂ ਦੇ ਵਿੱਚੋਂ ਹੀ ਲੰਘਾਉਣਾ ਪਵੇਗਾ, ਉਹ ਸਾਰਾ ਗਿਆਨ ਉਹਨਾਂ 9 ਡਿਜ਼ਿਟ ਨੇ ਮੈਥ ਦੇ ਉਹਨਾਂ ਦੇ ਵਿੱਚੋਂ ਹੀ ਲੰਘਾਉਣਾ ਪਵੇਗਾ, ਉਹ ਸਾਰਾ ਗਿਆਨ ਉਹ ਜਿਹੜੇ 26 ਅੱਖਰ ਅੰਗਰੇਜ਼ੀ ਦੇ ਨੇ ਉਹਨਾਂ ਦੇ ਵਿੱਚੋਂ ਦੀ ਲੰਘਾਉਣਾ ਪਵੇਗਾ, ਸਾਰਾ ਗਿਆਨ। ਗਿਆਨ ਸੀਮਤ ਹੈ। ਔਰ ਤੁਸੀਂ ਵੇਖੋਗੇ ਬਾਬਾ ਕਬੀਰ ਕਹਿੰਦੇ ਨੇ 52 ਅਸ਼ਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ, ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾਹੇ। ਆ ਦੁਨੀਆਂ ਦਾ ਜਿੰਨਾ ਕਾਰੋਬਾਰ ਹੈ, ਜਿੰਨੀਆਂ ਲਾਇਬ੍ਰੇਰੀਆਂ ਨੇ ਕਿ ਇਸ ਸਾਰੀ ਲਾਇਬ੍ਰੇਰੀ ਨੂੰ ਟਰਾਂਸਲੇਟ ਕਰ ਦਿੱਤਾ ਜਾਵੇ, ਜਿੰਨੀਆਂ ਵੀ ਨੇ ਅਤੇ ਦੂਸਰੀ ਬੋਲੀ ਦੇ ਵਿੱਚ ਟਰਾਂਸਲੇਟ ਹੋ ਜਾਵੇ ਅਤੇ ਸਾਰਾ ਗਿਆਨ ਹੀ ਉਸ ਬੋਲੀ ਦੇ ਵਿੱਚ ਆ ਗਿਆ, ਪਰ ਕਿੰਨੇ ਅੱਖਰਾਂ ਦੇ ਵਿੱਚ ਆਇਆ? ਜੇ ਪੰਜਾਬੀ ਦੇ ਵਿੱਚ ਕਰਾਂਗੇ ਤਾਂ 35 ਪਹਿਲੇ ਅਤੇ 6 ਬਾਅਦ ਵਾਜੇ ਇਹ ਵਾਲੇ ਨੇ 41 ਅੱਖਰਾਂ ਦੇ ਵਿੱਚ, ਅਤੇ ਉਸੇ ਬੁੱਕ ਨੂੰ ਅੰਗਰੇਜ਼ੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿਉ ਅਤੇ ਭਾਵੇਂ 1000 ਪੇਜ ਦੀ ਬੁੱਕ ਹੋਵੇ ਅਤੇ ਭਾਵੇਂ 2000 ਦੀ ਹੋਵੇ, ਆ ਗਈ ਨਾ 26 ਅੱਖਰਾਂ ਦੇ ਵਿੱਚ ਘੁੰਮ ਘੁੰਮ, 26 ਅੱਖਰਾਂ ਦੇ ਵਿੱਚ ਹੀ ਵਾੜ ਦਿੱਤਾ ਸਾਰਾ ਕੁਝ। ਸਾਰਾ ਦੁਨੀਆਂ ਦਾ ਵਰਤਾਰਾ ਇਹਨਾਂ ਅੱਖਰਾਂ ਦੇ ਵਿੱਚ ਹੈ। ਸਤਿਗੁਰੂ ਕਹਿੰਦੇ ਅਸੰਖ ਉਹਨੂੰ ਕਿਹਾ ਨਹੀਂ ਜਾ ਸਕਦਾ, ਪਰ ਸਾਡੇ ਕੋਲ ਤਾਂ ਫਿਰ ਵੀ ਤਾਂ ਅੱਖਰ ਹੀ ਨੇ, ਇਹਦੇ ਤੋਂ ਉੱਤੇ ਸਾਡੇ ਕੋਲ ਹੈ ਵੀ ਕੀ ਹੈ ਜਿਹਦੇ ਨਾਲ ਉਹਦਾ ਸੰਬੰਧ ਜੁੜ ਸਕੇ? ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਅੱਖਰਾਂ ਦੇ ਨਾਲ ਅਸੀਂ ਸੰਸਾਰ ਦੀ ਕਾਰ ਵਿਹਾਰ ਕਰਦੇ ਹਾਂ, ਲਿਖਦੇ ਹਾਂ, ਬੋਲਦੇ ਹਾਂ, ਸਾਡਾ ਇਹ ਜੋ ਮਾਲਕ ਦੀ ਉਸਤਤ ਹੈ, ਤਾਰੀਫ ਹੈ, ਅੰਤ ਦੇ ਵਿੱਚ ਸਾਡੇ ਕੋਲ ਅੱਖਰ ਹੀ ਰਹਿ ਜਾਂਦੇ ਨੇ, ਔਰ ਅੱਖਰ ਵੀ ਲੰਮੀ ਚੌੜੀ ਗਿਣਤੀ ਵਾਲੇ ਨਹੀਂ, ਬਸ ਸਾਡੇ ਕੋਲ ਵਿਸਮਾਦ ਹੀ ਰਹਿ ਜਾਂਦਾ ਹੈ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਅਤੇ ਇਸੇ ਅੱਖਰਾਂ ਦੇ ਸਿਰ ਦੇ ਉੱਤੇ, ਅੱਖਰਾਂ ਸਿਰ ਦਾ ਮਤਲਬ ਇਹਨੂੰ ਸਮਝਣਾ ਹੋਵੇ ਤਾਂ ਪੰਜਾਬੀ ਦੇ ਵਿੱਚ ਇੱਕ ਗੱਲ ਬੋਲੀ ਜਾਂਦੀ ਹੁੰਦੀ ਵੀ ਤੁਹਾਡੇ ਸਿਰ ਦੇ ਉੱਤੇ ਤਾਂ ਮੈਂ ਜੀਂਦਾ ਹਾਂ, ਸਿਰ ਦਾ ਮਤਲਬ ਇਹ ਵੀ ਸਿਰ 'ਤੇ ਚੜ੍ਹ ਕੇ ਜੀਂਦਾ ਨਹੀਂ, ਸਿਰ ਦਾ ਮਤਲਬ ਆਸਰੇ। ਅੱਖਰਾਂ ਦੇ ਆਸਰੇ ਦੇ ਉੱਤੇ ਹੀ ਸੰਸਾਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਸੰਬੰਧ ਜੁੜਦਾ ਹੈ। ਕਈਆਂ ਨੇ ਇਹਦੇ ਅਰਥ ਕਿਸਮਤ ਵਾਲੇ ਪਾਸੇ ਤੋਂ ਵੀ ਕੀਤੇ ਨੇ, ਸੰਜੋਗ ਮਿਲਾ, ਅੱਖਰਾਂ ਦੇ ਕਰਕੇ ਸਾਰਾ ਕਾਰੋਬਾਰ ਹੋ ਰਿਹਾ, ਕਾਰ ਵਿਹਾਰ ਹੋ ਰਿਹਾ। ਤੁਸੀਂ ਸੋਚ ਕੇ ਵੇਖੋ ਜੇ ਦੁਨੀਆਂ ਸਾਇਲੈਂਟ ਹੋਵੇ ਤਾਂ, ਅਸੀਂ ਜਦੋਂ ਦੁਨੀਆਂ ਨੂੰ ਸਾਇਲੈਂਟ ਸੋਚਦੇ ਹਾਂ ਨਾ ਤਾਂ ਅਸੀਂ ਸਿਰਫ ਇੱਦਾਂ ਸੋਚਦੇ ਹਾਂ ਵੀ ਮੈਂ ਚੁੱਪ ਹਾਂ ਬਾਕੀ ਦੁਨੀਆਂ ਬੋਲਦੀ ਪਈ ਹੈ, ਇੱਦਾਂ ਨਹੀਂ ਸਾਇਲੈਂਟ ਨੂੰ ਸੋਚਿਆ ਜਾ ਸਕਦਾ। ਸਾਇਲੈਂਟ ਦਾ ਮਤਲਬ, ਸਾਇਲੈਂਸ ਦਾ ਮਤਲਬ ਇਹ ਹੈ ਵੀ ਸਾਰੀ ਦੁਨੀਆ ਹੀ ਚੁੱਪ, ਬਿਲਕੁਲ ਕੋਈ ਬੀਪ ਵੀ ਨਹੀਂ, ਕੋਈ ਆਵਾਜ਼ ਵੀ ਨਹੀਂ, ਕੋਈ ਨੋਇਸ ਨਹੀਂ। ਹੁਣ ਅਸੀਂ ਚੁੱਪ ਕਰਕੇ ਬੈਠੇ ਹਾਂ, ਮੈਂ ਬੋਲੀ ਜਾ ਰਿਹਾ ਹਾਂ ਵਿੱਚੋਂ ਵਿੱਚੋਂ, ਮੈਂ ਵੀ ਚੁੱਪ ਹੋ ਜਾਂਦਾ, ਫਿਰ ਵੀ ਪੱਖੇ ਬੋਲਦੇ ਨੇ, ਆਵਾਜ਼ ਤਾਂ ਹੈ। ਇੱਕ ਜਿੱਦਾਂ ਫੋਨ ਦੇ ਵਿੱਚ ਹੁੰਦਾ ਨਾ ਸਿਸਟਮ, ਰਿੰਗ, ਵਾਈਬ੍ਰੇਸ਼ਨ ਅਤੇ ਬਿਲਕੁਲ ਹੀ ਸਾਇਲੈਂਟ, ਫਿਰ ਸਾਇਲੈਂਟ ਦੇ ਵਿੱਚ ਹੁੰਦੀ ਰਹੇ ਰਿੰਗ, ਕੋਈ ਚੱਕਰ ਨਹੀਂ ਹੈਗਾ, ਉਹ ਨਹੀਂ ਫਿਰ ਫੋਨ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਬਣਦਾ, ਜੇਬ 'ਚ ਪਿਆ ਹੋਵੇ ਵੱਜੀ ਜਾਵੇ।
ਜਦੋਂ ਦੁਨੀਆਂ ਨੂੰ ਸਾਇਲੈਂਟ ਕਰਨ ਦੇ ਬਾਰੇ ਸੋਚਣਾ ਤਾਂ ਫਿਰ ਹਵਾ ਦੀ ਆਵਾਜ਼ ਵੀ ਨਾ ਆਵੇ, ਉਹ ਕਹਿੰਦੇ ਪਿੰਨ ਡਰੋਪ ਸਾਇਲੈਂਸ, ਫਿਰ ਪਿੰਨ ਡਰੋਪ ਵੀ ਨਹੀਂ ਹੋਵੇਗੀ ਸਾਇਲੈਂਸ ਤਾਂ ਫਿਰ ਇੱਥੇ ਹੈ, ਉਹ ਤਾਂ ਗੱਲ ਇੱਦਾਂ ਦੀ ਹੈ। ਸਤਿਗੁਰੂ ਕਹਿੰਦੇ ਨੇ ਅੱਖਰਾਂ ਸਿਰ ਸੰਯੋਗ ਵਖਾਣ, ਅੱਖਰ ਹੀ ਤਾਂ ਹੈ ਜਿਹਦੇ ਕਰਕੇ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਲੈਂਦੇ ਹਾਂ, ਗੱਲਬਾਤ ਕਰਦੇ ਹਾਂ। ਜੇ ਭਲਾ ਦੁਨੀਆਂ ਦੇ ਵਿੱਚ ਅੱਖਰ ਹੀ ਨਾ ਹੋਣ ਤਾਂ ਫਿਰ ਅਸੀਂ ਜਾਨਵਰਾਂ ਦੀ ਦੁਨੀਆਂ ਤੋਂ ਕਿੰਨਾ ਕੁ ਉੱਤੇ ਹੋਈਏ। ਸਾਡੇ ਕੋਲ 10-15 ਇਸ਼ਾਰੇ ਨੇ, ਅਸੀਂ ਕਹਿ ਦਿੰਦੇ ਹਾਂ ਵੀ ਆ ਜਾ, ਚੱਲਿਆ ਜਾ, ਕੋਈ ਚੀਜ਼ ਖਾਣੀ ਹੈ ਤਾਂ ਸਿਰ ਮਾਰ ਦਈਏ, ਨਹੀਂ ਖਾਣੀ ਤਾਂ ਸਿਰ ਦੂਸਰੇ ਪਾਸੇ ਨੂੰ ਮਾਰ ਦਈਏ। ਕਿੰਨੇ ਕੁ ਇਸ਼ਾਰੇ ਨੇ ਸਾਡੇ ਕੋਲ ਸਮਝਾਉਣ ਦੀ ਖਾਤਰ। ਅੱਜ ਕੱਲ੍ਹ ਤਾਂ ਗੂੰਗਿਆਂ ਬੋਲੇ ਨੂੰ ਸਮਝਾਉਣ ਲਈ ਵੱਖਰੀ ਭਾਸ਼ਾ ਆ ਗਈ, ਹੱਥਾਂ ਦੇ ਨਾਲ ਸਮਝਾਇਆ ਜਾ ਰਿਹਾ, ਪਰ ਕਿੰਨੇ ਕੱਖਰ ਨੇ ਉਹਨਾਂ ਦੇ ਕੋਲ? ਕੀ ਸਾਰਾ ਕੁਝ ਸਮਝਾਇਆ ਜਾ ਸਕਦਾ ਉਹਨਾਂ ਨੂੰ? ਜਿੱਥੋਂ ਤੱਕ ਮੈਨੂੰ ਲੱਗਦਾ ਕਿ ਸਾਰੀ ਗੱਲ ਬੰਦਾ ਕਦੇ ਵੀ ਨਹੀਂ ਦੱਸ ਪਾਉਂਦਾ ਉਹਨਾਂ ਨੂੰ। ਇਸ ਕਰਕੇ ਉਹਨਾਂ ਦੇ ਟੀਚਰ ਵੀ ਇਹ ਹੁੰਦੇ ਨੇ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਸਿਰਫ ਉਹੀ ਸਮਝਾ ਸਕਦੇ ਨੇ, ਆਮ ਬੰਦੇ ਦੀ ਸਮਝ ਤੋਂ ਬੜੀ ਬਾਹਰ ਦੀ ਗੱਲ ਹੈ। ਅੱਖਰਾਂ ਸਿਰ ਸੰਯੋਗ ਵਖਾਣ, ਹਜ਼ੂਰ ਕਹਿੰਦੇ ਹੁਣ ਅਸੀਂ ਤਾਂ ਅੱਖਰਾਂ ਤੱਕ ਉਹਨੂੰ ਸੀਮਿਤ ਕਰਦੇ ਪਏ ਹਾਂ ਵੀ ਸਾਡੇ ਕੋਲ ਅੱਖਰ ਹੀ ਨੇ, ਕਿਉਂਕਿ ਅਸੀਂ ਅੱਖਰਾਂ ਤੋਂ ਬਾਹਰ ਸੋਚ ਹੀ ਨਹੀਂ ਸਕਦੇ। ਪਰ ਦਾਤਾਰ ਕਹਿੰਦੇ ਨੇ ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਆਹ ਜਿਹੜੇ ਅੱਖਰਾਂ ਵਾਲਾ ਲੇਖਾ ਜੋਖਾ ਹੈ ਨਾ, ਇਹ ਰੱਬ ਦੇ ਉੱਤੇ ਲਾਗੂ ਨਹੀਂ ਹੁੰਦਾ, ਇਹ ਸਾਡੇ ਉੱਤੇ ਲਾਗੂ ਹੁੰਦਾ। ਅਸੀਂ ਅੱਖਰ ਗਾ ਗਾ ਕੇ ਕਹਿ ਦਿੰਦੇ ਹਾਂ ਵੀ ਹਾਂ ਠੀਕ ਹੈ, ਮੈਂ ਤੈਨੂੰ ਗਾ ਲਿਆ ਹੈ, ਤੈਨੂੰ ਬੋਲ ਦਿੱਤਾ ਹੈ। ਹਜ਼ੂਰ ਕਹਿੰਦੇ ਜਿਨ ਇਹ ਲਿਖੇ, ਜਿਸ ਮਾਲਕ ਨੇ ਇਹ ਅੱਖਰਾਂ ਦਾ ਵਿਧਾਨ ਸਾਡੇ ਮੱਥੇ ਦੇ ਉੱਤੇ ਸਾਡੀ ਜ਼ਿੰਦਗੀ ਦੇ ਵਿੱਚ ਬਣਾ ਦਿੱਤਾ ਹੈ। ਅੱਖਰਾਂ ਦਾ ਮਤਲਬ ਵੀ ਨਹੀਂ ਮੈਨੂੰ ਉੜਾ ਉੜਾ ਲਿਖ ਦਿੱਤਾ, ਕਰਮ ਲਿਖ ਦਿੱਤੇ ਨੇ ਉਹਨੇ, ਜੋ ਕਰਾਂਗੇ ਭਰਾਂਗੇ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਉਹ ਇਹਦੇ ਤੋਂ ਉੱਤੇ ਹੋ ਕੇ ਬੈਠਾ ਹੈ। ਜਿੱਦਾਂ ਬੈਂਕ ਦੇ ਵਿੱਚ ਕੋਈ ਪੈਸੇ ਲੈਣ ਆ ਰਿਹਾ ਅਤੇ ਕੋਈ ਜਮ੍ਹਾਂ ਕਰਾਉਣ ਆ ਰਿਹਾ, ਉਹ ਜਿਹੜਾ ਲੈ ਕੇ ਅਤੇ ਜਮ੍ਹਾਂ ਕਰਦਾ ਪਿਆ ਹੈ ਜਾਂ ਦੇਈ ਜਾ ਰਿਹਾ ਹੈ, ਉਹ ਇਹਨਾਂ ਦੋਵਾਂ ਪਾਸਿਆਂ ਤੋਂ ਉੱਤੇ ਹੋ ਕੇ ਬੈਠਾ ਹੈ। ਉਹਦਾ ਕੋਈ ਮਤਲਬ ਨਹੀਂ ਵੀ ਕੌਣ ਲੈ ਕੇ ਆ ਰਿਹਾ, ਕੌਣ ਦੇ ਕੇ ਆ ਰਿਹਾ, ਨੇ ਉੱਥੇ ਹਿਸਾਬ ਕਿਤਾਬ ਕਰੀ ਜਾਣਾ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਉਹਦੇ ਉੱਤੇ ਆਹ ਹਿਸਾਬ ਚੱਲਦਾ ਹੀ ਨਹੀਂ ਹੈ, ਉਹਦੇ ਉੱਤੇ ਕਰਮਾਂ ਵਾਲਾ ਹਿਸਾਬ ਹੈ ਹੀ ਨਹੀਂ, ਉਹਦੇ ਉੱਤੇ ਲੇਖਿਆਂ ਵਾਲਾ ਹਿਸਾਬ ਹੈ ਹੀ ਨਹੀਂ। ਮੈਂ ਹੋਰ ਬੇਨਤੀ ਕਰਾਂ ਆਪ ਜੀ ਦੇ ਅੱਗੇ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਸਾਡਾ ਸਾਰਾ ਕੁਝ ਹੀ ਗਿਣਤੀ ਦੇ ਵਿੱਚ ਹੈ ਭਾਵੇਂ ਗਿਣਤੀ ਤੋਂ ਬਾਹਰ ਹੋਵੇ, ਸਾਡਾ ਸਾਰਾ ਕੁਝ। ਹਜ਼ੂਰ ਕਹਿੰਦੇ ਨੇ ਲੇਖਿਆ ਬੋਲਣ ਬੋਲਣਾ, ਲੇਖਿਆ ਖਾਣਾ ਖਾਓ, ਕਿੰਨੀਆਂ ਗੱਲਾਂ ਕਰ ਚੁੱਕੇ ਹਾਂ ਅਸੀਂ ਜਨਮ ਤੋਂ ਲੈ ਕੇ ਹੁਣ ਤੱਕ, ਗਿਣਤੀ ਨਹੀਂ ਹੋ ਸਕਦੀ, ਪਰ ਫਿਰ ਵੀ ਗਿਣਤੀ ਦੇ ਵਿੱਚ ਹੈ। ਇੱਕ ਦਿਨ ਮੁੱਕ ਜਾਵੇਗੀ, ਇੱਕ ਦਿਨ ਬੋਲ ਮੁੱਕ ਜਾਣਗੇ, ਮੁੱਕ ਕੇ ਤਾਂ ਗੱਲ ਖਤਮ ਹੋ ਗਈ। ਕਿੰਨਾ ਵੀ ਬੋਲ ਲਵੇ ਹਾਂ ਬੰਦਾ, ਜਿੱਦਣ ਬੋਲ ਮੁੱਕ ਗਏ ਨੇ ਖਤਮ ਹੋ ਜਾਣਾ ਨੇ। ਇਸੇ ਕਰਕੇ ਮੈਨੂੰ ਮਾਫ਼ ਕਰਿਓ, ਹੋ ਸਕਦਾ ਹਰ ਇੱਕ ਦੀ ਆਪਣੀ ਸਮਝ ਹੋਵੇ, ਕਈਆਂ ਦੇ ਸਾਹ ਚੱਲਦੇ ਰਹਿੰਦੇ ਨੇ ਪਰ ਬੋਲਣ ਦੀ ਤਾਕਤ ਮੁੱਕ ਜਾਂਦੀ ਹੈ, ਬੋਲ ਮੁੱਕ ਗਏ ਨੇ ਉਹਨਾਂ ਦੇ। ਲੇਖਿਆ ਬੋਲਣ ਬੋਲਣਾ, ਲੇਖਿਆ ਖਾਣਾ ਖਾਓ, ਪਤਾ ਨਹੀਂ ਕਿੰਨਾ ਕੁ ਖਾ ਲਿਆ ਹੈ ਅਸੀਂ ਜਦੋਂ ਦੇ ਜਨਮ ਲਿਆ ਹੈ, ਫਿਰ ਵੀ ਗਿਣਤੀ ਮਿਣਤੀ ਦੇ ਵਿੱਚ, ਇਹ ਫਿਰ ਵੀ ਗਿਣਤੀ ਦੇ ਵਿੱਚ ਆਵੇਗਾ, ਜਦੋਂ ਮੁੱਕ ਗਿਆ ਖਤਮ ਹੋ ਜਾਵੇਗਾ ਕੰਮ। ਲੇਖਿਆ ਬੋਲਣ ਬੋਲਣਾ, ਲੇਖਿਆ ਖਾਣਾ ਖਾਓ, ਲੇਖੇ ਵਾਟ ਚਲਾਈਏ, ਲੇਖੇ ਸੁਣ ਵੇਖਾਓ। ਆ ਜੋ ਕੁਝ ਤੁਰਦੇ ਫਿਰਦੇ ਹਾਂ, ਕਿੰਨੇ ਕਦਮ ਪੁੱਟ ਲਏ ਨੇ, ਕੌਣ ਗਿਣਤੀ ਕਰ ਸਕਦਾ ਮੈਂ ਕਿੰਨੇ ਕਦਮ ਪੁੱਟ ਕੇ ਆਇਆ? ਮੇਰੇ ਸਮੇਤ ਮੈਂ ਤਾਂ ਚਲੋ ਨੇੜੇ ਆਇਆ, ਤੁਸੀਂ ਘਰੋਂ ਤੁਰ ਕੇ ਆਏ ਹੋਗੇ, ਕਿੰਨੇ ਕਦਮ ਗਿਣੇ ਨੇ ਅਜੇ ਤੱਕ? ਤਾਂ ਗਿਣੇ ਹੀ ਨਹੀਂ ਹੋਣੇ। ਔਰ ਕਿੰਨੀ ਵਾਰ ਕਦਮ ਪੁੱਟ ਲਏ ਨੇ ਘਰ ਦੇ ਦਰਵਾਜ਼ੇ ਤੋਂ ਕਮਰੇ ਦੇ, ਕਿਤੇ ਕਦਮ ਗਿਣਨੇ ਪੈਣ ਨਾ ਸਾਨੂੰ ਸਾਰਾ ਦਿਨ 'ਚ, ਤਾਂ ਉਹ ਨਹੀਂ ਗਿਣ ਸਕਦੇ ਅਸੀਂ। ਸਤਿਗੁਰੂ ਕਹਿੰਦੇ ਅਣਗਿਣਤ ਨੇ ਪਰ ਫਿਰ ਵੀ ਗਿਣਤੀ ਦੇ ਵਿੱਚ ਨੇ, ਜਿੱਦਣ ਮੁੱਕ ਕੇ ਖਤਮ ਹੋ ਜਾਵੇਗਾ ਸਾਰਾ ਕੁਝ। ਲੇਖਿਆ ਵਾਟ ਚਲਾਈਏ, ਲੇਖਿਆ ਸੁਣ ਵੇਖਾਓ, ਜੋ ਕੁਝ ਸੁਣਦੇ ਹਾਂ, ਜੋ ਕੁਝ ਵੇਖਦੇ ਹਾਂ, ਸਾਰਾ ਕੁਝ ਹੀ ਲੇਖੇ ਦੇ ਵਿੱਚ ਹੈ। ਲੇਖਿਆ ਸਾਹ ਲਵਾਈਆ, ਪੜ੍ਹੇ ਕੇ ਪੁੱਛਣ ਜਾਓ। ਆ ਜਿਹੜੇ ਸਾਹ ਨੇ ਨਾ ਸਾਡੇ, ਸਤਿਗੁਰੂ ਕਹਿੰਦੇ ਇਹ ਵੀ ਗਿਣਤੀ ਮਿਣਤੀ ਦੇ ਵਿੱਚ ਹੀ ਚੱਲਦੇ ਪਏ ਨੇ, ਭਾਵੇਂ ਕਿ ਅਣਗਿਣਤ ਨੇ, ਅਤੇ ਇਹਦੇ ਬਾਰੇ ਕਿਸੇ ਪੜ੍ਹੇ ਲਿਖੇ ਨੂੰ ਪੁੱਛਣ ਦੀ ਕੋਈ ਲੋੜ ਹੈ? ਇਹ ਤਾਂ ਅਨਪੜ੍ਹ ਨੂੰ ਵੀ ਪਤਾ ਹੈ ਵੀ ਸਾਹ ਮੁੱਕ ਜਾਣੇ ਨੇ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਲੇਖੇ ਸਾਹ ਲਵਾਈਆ, ਪੜ੍ਹੇ ਕੇ ਪੁੱਛਣ ਜਾਓ,
ਕਹਿੰਦੇ ਇਹਦੇ ਲਈ ਪੜ੍ਹੇ ਲਿਖੇ ਨੂੰ ਪੁੱਛਣ ਦੀ ਕੀ ਲੋੜ ਹੈ, ਇਹ ਤਾਂ ਮਾੜੇ ਮੋਟੇ ਬੰਦੇ ਨੂੰ ਵੀ ਪਤਾ ਹੈ ਜਿਹਨੂੰ ਭਾਵੇਂ ਦੁਨੀਆ ਨਾ ਸਿਆਣਾ ਕਹੇ ਉਹਨੂੰ ਵੀ ਪਤਾ ਵੀ ਸਾਹ ਮੁੱਕ ਜਾਣੇ ਨੇ, ਕਿਉਂਕਿ ਅਸੀਂ ਲੇਖੇ ਦੇ ਵਿੱਚ। ਹਜ਼ੂਰ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਹਨੇ ਇਹ ਲੇਖਾ ਸਾਡੇ ਉੱਤੇ ਲਿਖ ਦਿੱਤਾ ਹੈ ਨਾ ਲੇਖਿਆਂ ਵਾਲਾ, ਉਹਦੇ ਉੱਤੇ ਇਹ ਲੇਖਾ ਲਾਗੂ ਹੀ ਨਹੀਂ ਹੁੰਦਾ, ਉਹ ਇੰਨਾ ਅਸੀਮ ਹੈ, ਇੰਨਾ ਬੇਅੰਤ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਫਿਰ ਕਰਦਾ ਕੀ ਹੈ ਜਿਵ ਫੁਰਮਾਏ ਤਿਵ ਤਿਵ ਪਾਹੀ। ਜਿੱਦਾਂ ਉਹ ਜੀਵਾਂ ਨੂੰ ਫੁਰਮਾਉਂਦਾ ਹੈ, ਫੁਰਮਾਉਣ ਦਾ ਮਤਲਬ ਮੈਂ ਜੋ ਕੀਤਾ ਉਹਨੇ ਰਿਜ਼ਲਟ ਦੇ ਦਿੱਤਾ ਵੀ ਆ ਲੈ ਚੁੱਕੇ ਦਾ ਰਿਜ਼ਲਟ, ਉਹਨੇ ਫੁਰਮਾ ਦਿੱਤਾ, ਉਹਨੇ ਫੁਰਮਾਨ ਬੋਲ ਦਿੱਤਾ। ਔਰ ਬਾਬਾ ਕਬੀਰ ਇਹਨੂੰ ਇੱਦਾਂ ਕਹਿੰਦੇ ਨੇ, ਫੁਰਮਾਨ ਤੇਰਾ ਸਿਰ ਹੈ ਉੱਪਰ, ਫਿਰ ਨਾ ਕਰਤ ਵਿਚਾਰ, ਆ ਤੇਰਾ ਗੱਲ ਬਸ ਸਿਰ ਮੱਥੇ ਦੇ ਉੱਤੇ ਆ ਗਈ ਹੈ, ਮੈਂ ਹੱਸ ਕੇ ਮੰਨਣਾ ਹੈ, ਰੋ ਕੇ ਮੰਨਣਾ ਹੈ, ਸਤਿਗੁਰੂ ਕਹਿੰਦੇ ਤੇਰੀ ਮਰਜ਼ੀ ਹੈ ਵੀ ਕਿੱਦਾਂ ਮੰਨਦਾ ਪਿਆ। ਹੱਸ ਕੇ ਮੰਨ ਲਵੇਗਾ ਤਾਂ ਜ਼ਿੰਦਗੀ ਸੋਹਣੀ ਲੱਗੇਗੀ, ਨਹੀਂ ਤਾਂ ਹਰ ਇੱਕ ਬੰਦੇ ਨੂੰ ਇਹੋ ਹੀ ਲੱਗਦਾ ਮੇਰੀ ਮਰਜ਼ੀ ਦਾ ਕੁਝ ਨਹੀਂ ਹੋ ਰਿਹਾ, ਮਰਜ਼ੀ ਤੋਂ ਬਾਹਰ ਜ਼ਿਆਦਾ ਕੁਝ ਹੋਈ ਜਾ ਰਿਹਾ। ਜਿਵ ਫੁਰਮਾਏ, ਜਿੱਦਾਂ ਬਸ ਔਡਰ ਕਰੀ ਜਾ ਰਿਹਾ ਹੈ ਜੀਵਾਂ ਨੂੰ ਉਹਨਾਂ ਦੇ ਕਰਮ ਵੇਖ ਕੇ, ਤਿਵ ਤਿਵ ਪਾਹੇ, ਅਤੇ ਜੀਵ ਉੱਦਾਂ ਦਾ ਰਿਜ਼ਲਟ ਲਈ ਜਾ ਰਹੇ ਨੇ। ਜੇਤਾ ਕੀਤਾ ਜੋ ਕੁਝ ਮਾਲਕ ਨੇ ਪੈਦਾ ਕੀਤਾ ਹੈ, ਜੋ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਜੋ ਕੁਝ ਅੱਖਾਂ ਦੇ ਸਾਹਮਣੇ ਨਹੀਂ ਹੈ ਅਸੀਂ ਸਿਰਫ ਮਹਿਸੂਸ ਕਰਦੇ ਪਏ ਹਾਂ, ਜੋ ਅਸੀਂ ਮਹਿਸੂਸ ਵੀ ਨਹੀਂ ਕਰ ਪਾਉਂਦੇ, ਅੱਖਾਂ ਦੇ ਸਾਹਮਣੇ ਵੀ ਨਹੀਂ ਹੈ, ਅਜੇ ਸਾਡੀ ਸੋਚਣੀ ਤੋਂ ਵੀ ਕਿਤੇ ਬੜੀ ਦੂਰ ਬਾਹਰ ਪਿਆ ਹੋਇਆ ਹੈ, ਜਿੱਥੋਂ ਤੱਕ ਬੰਦੇ ਦੀ ਪਹੁੰਚ ਹੀ ਨਹੀਂ ਹੈ। ਦਾਤਾਰ ਕਹਿੰਦੇ ਜਿੰਨਾ ਕੁਝ ਵੀ ਮਾਲਕ ਨੇ ਪੈਦਾ ਕੀਤਾ ਹੈ ਤੇਤਾ ਨਾਂ, ਇਹ ਸਾਰੀ ਉਹਦੀ ਤਾਕਤ ਹੈ, ਸਾਰਾ ਉਹਦਾ ਨਾਮ ਹੀ ਹੈ, ਸਾਰੀ ਉਹਦੀ ਬਖਸ਼ਿਸ਼ ਹੀ ਹੈ, ਸਾਰਾ ਉਹਦਾ ਹੁਕਮ ਹੀ ਹੈ। ਵਿਣ ਨਾਵੇਂ ਨਾ ਹੀ ਕੋ ਥਾਂ, ਨਾਮ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ ਹੈ। ਇਹਨੂੰ ਇੱਦਾਂ ਕਹੀਏ ਵੀ 100 ਮਣਕਿਆਂ ਵਾਲੀ ਮਾਲਾ ਪਈ ਹੋਵੇ ਨਾ, ਅਤੇ ਹਰ ਇੱਕ ਮਣਕੇ ਦੇ ਵਿੱਚੋਂ ਧਾਗਾ ਨਿਕਲਿਆ ਪਿਆ ਹੈ, ਕੋਈ ਵੀ ਮਣਕਾ ਧਾਗੇ ਤੋਂ ਬਿਨਾਂ ਨਹੀਂ ਹੈ, ਅਤੇ ਜੇ ਕਿਤੇ ਧਾਗਾ ਮਾੜਾ ਜਿਹਾ ਬਾਹਰ ਹੋ ਜਾਵੇ ਖਿਲਰ ਗਿਆ। ਦਾਤਾਰ ਕਹਿੰਦੇ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾ ਹੀ ਕੋ ਥਾਂ, ਨਾਮ ਤੋਂ ਬਿਨਾਂ ਥਾਂ ਕੋਈ ਹੈ ਹੀ ਨਹੀਂ ਹੈ, ਉਹਦੇ ਤੋਂ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ ਵੀ ਕੋਈ ਜਗ੍ਹਾ ਇੱਦਾਂ ਦੀ ਹੈ ਜਿੱਥੇ ਉਹ ਨਾ ਹੋਵੇ। ਦਾਤਾਰ ਫਿਰ ਇਹਨੂੰ ਕਹਿੰਦੇ ਨੇ ਵਿਣ ਨਾਵੇਂ ਨਾ ਹੀ ਕੋ ਥਾਂ, ਐ ਪ੍ਰਭੂ ਤੂੰ ਇੰਨਾ ਅਸੀਮ ਹੈ ਕੁਦਰਤ ਕਵਣ, ਮੇਰੀ ਕੀ ਤਾਕਤ ਹੈ ਕਹਾਂ ਵਿਚਾਰ, ਮੈਂ ਤੇਰੇ ਬਾਰੇ ਕੁਝ ਵਿਚਾਰ ਕਹਿ ਸਕਾਂ। ਕੁਦਰਤ ਕਵਣ ਕਹਾਂ ਵਿਚਾਰ, ਆਖਾਂ ਕਹਾਂ ਬੋਲਾਂ, ਮੈਂ ਤੇਰੇ ਬਾਰੇ ਕੋਈ ਗੱਲ ਕਹਿ ਸਕਾਂ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤਾਂ ਇਹੋ ਹੀ ਕਹਿ ਸਕਦਾ ਕਿ ਐ ਰੱਬ ਮੈਂ ਤੇਰੇ ਤੋਂ ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਤੂੰ ਇੰਨਾ ਬੇਅੰਤ ਹੈ, ਤੂੰ ਇੰਨਾ ਵੱਡਾ ਹੈ, ਤੂੰ ਇੰਨਾ ਅਸੀਮ ਹੈ। ਅਤੇ ਮੇਰੇ ਵਰਗਾ ਚਾਰ ਪਾਠ ਕਰਕੇ ਕਹਿੰਦਾ ਰੱਬਾ ਤੂੰ ਮੇਰੇ ਆਖੇ ਕਿਉਂ ਨਹੀਂ ਲੱਗਦਾ, ਗੁਰੂ ਸਤਿਗੁਰੂ ਕਹਿੰਦਾ ਉਹ ਤਾਂ ਇੰਨਾ ਅਸੀਮ ਹੈ ਵੀ ਤੁਸੀਂ ਅੱਖਰਾਂ 'ਚ ਵੀ ਨਹੀਂ ਲੈ ਕੇ ਆ ਸਕਦੇ। ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤਾਂ ਅਸੀਂ ਕਿਸੇ ਦੇ ਕੋਲੋਂ ਚੀਜ਼ ਲਈ ਹੋਵੇ ਨਾ, ਬੜਾ ਉਪਕਾਰ ਸਾਡੀ ਜ਼ਿੰਦਗੀ 'ਚ ਉਹਦਾ ਹੋਵੇ, ਅਤੇ ਅਸੀਂ ਪਤਾ ਕੀ ਕਹਿੰਦੇ ਹਾਂ, ਮੈਂ ਤਾਂ ਤੈਨੂੰ ਥੈਂਕ ਯੂ ਵੀ ਨਹੀਂ ਕਹਿ ਸਕਦਾ, ਉਹਨੂੰ ਲੱਗਦਾ ਵੀ ਥੈਂਕ ਯੂ ਸ਼ਬਦ ਵੀ ਛੋਟਾ ਹੈ ਇਹਦੇ ਲਈ, ਹਾਲਾਂਕਿ ਇਹਦੇ ਤੋਂ ਵੱਡਾ ਸ਼ਬਦ ਹੈ ਕੀ ਹੈ ਇਸ ਦੁਨੀਆ ਦੇ ਵਿੱਚ ਕਿਸੇ ਦਾ ਧੰਨਵਾਦ ਕਰਨਾ, ਇਹਦੇ ਤੋਂ ਉੱਤੇ ਸ਼ਬਦ ਹੈ ਕੀ ਹੈ, ਪਰ ਉਹ ਵੀ ਸ਼ਬਦ ਛੋਟਾ ਲੱਗਣ ਲੱਗ ਪਿਆ ਕਿਉਂਕਿ ਉਪਕਾਰ ਏਡਾ ਵੱਡਾ ਹੈ। ਦਾਤਾਰ ਕਹਿੰਦੇ ਤੂੰ ਏਡਾ ਵੱਡਾ ਹੈ, ਮੈਨੂੰ ਇੰਝ ਲੱਗਦਾ ਵੀ ਜੇ ਮੈਂ ਇਹ ਵੀ ਗੱਲ ਕਹਿੰਦਾ ਹਾਂ ਨਾ ਤਾਂ ਉਹ ਵੀ ਮੈਨੂੰ ਅਧੂਰੀ ਲੱਗਦੀ ਹੈ, ਮੈਂ ਇੱਕ ਵਾਰ ਵੀ ਤੇਰੇ ਤੋਂ ਬਲਿਹਾਰ ਨਹੀਂ ਜਾ ਸਕਦਾ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ ਸਾਈ ਭਲੀ ਕਾਰ, ਉਹੀ ਕੰਮ ਚੰਗਾ ਹੈ, ਉਹੀ ਰਜ਼ਾ ਚੰਗੀ ਹੈ, ਜੋ ਕੁਝ ਤੂੰ ਕਰਦਾ ਪਿਆ ਹੈ ਮੇਰੇ ਸਿਰ ਮੱਥੇ ਦੇ ਉੱਤੇ ਪ੍ਰਵਾਨ ਹੋ ਜਾਵੇ, ਮੈਨੂੰ ਚੰਗਾ ਲੱਗਣ ਲੱਗ ਪਵੇ। ਦਾਤਾਰ ਕਹਿ ਰਹੇ ਨੇ ਤੂੰ ਸਦਾ ਸਲਾਮਤ ਨਿਰੰਕਾਰ ਐ ਪ੍ਰਭੂ, ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਹਮੇਸ਼ਾ ਹੀ
ਮੌਜੂਦ ਹੈ। ਮੁੱਖ ਤੌਰ ਦੇ ਉੱਤੇ ਇਹ ਜਿਹੜੀਆਂ ਚਾਰ ਪੌੜੀਆਂ ਸੀ ਉਹ ਇਹ ਸੀ, ਸ੍ਰਿਸ਼ਟੀ ਦੇ ਵਿੱਚ ਬੇਅੰਤ ਜੀਵ ਮਾਲਕ ਨੇ ਪੈਦਾ ਕੀਤੇ, ਕੋਈ ਚੰਗਾ ਕੋਈ ਮਾੜਾ, ਅਤੇ ਮਾਲਕ ਤੋਂ ਕੋਲ ਪਹੁੰਚਣ ਦੇ ਲਈ ਸਾਡੇ ਕੋਲ ਸਿਰਫ ਉਹਦੀ ਸਲਾਹ ਰਹਿ ਜਾਂਦੀ ਹੈ। ਅੱਖਰਾਂ ਦੇ ਨਾਲ ਅਸੀਂ ਉਹਨੂੰ ਗਾ ਸਕਦੇ ਹਾਂ ਕਿਉਂਕਿ ਸਾਡਾ ਸੰਬੰਧ ਹੀ ਅੱਖਰਾਂ ਦੇ ਕਰਕੇ ਜੁੜੇਗਾ, ਪਰ ਇਹ ਅੱਖਰਾਂ ਦੇ ਨਿਯਮ ਉਹਦੇ ਉੱਤੇ ਲਾਗੂ ਨਹੀਂ ਹੁੰਦੇ, ਉਹ ਅਸੀਮ ਹੈ, ਉਹ ਪਰੇ ਤੋਂ ਪਰੇ ਹੈ। ਤਾਰ ਕਹਿੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।